ਵੀ ਸਿੱਖ ਇਸ ਮੁਲਕ ਦੇ ਵਿੱਚ ਕਿਸ ਔਕਾਤ ਕਿਸ ਹੈਸੀਅਤ ਦੇ ਵਿੱਚ ਜਾਉ ਰਹੇ ਨੇ। ਜਦੋਂ ਜਿਹਨੂੰ ਜੀ ਕਰਦਾ ਅਗਲੇ ਫੜ ਲੈਣ, ਜਿਹੜਾ ਮਰਜ਼ੀ ਇਲਜ਼ਾਮ ਲਾ ਕੇ ਤੁਹਾਡਾ ਕਿਰਦਾਰ ਕੁਸ਼ੀ ਕਰਨ, ਜਦੋਂ ਜੀ ਕਰੇ ਤੁਹਾਨੂੰ ਜੇਲ੍ਹ ਭੇਜ ਦੇਣ, ਜਦੋਂ ਜੀ ਕਰੇ ਤੁਹਾਨੂੰ ਡਿਸਚਾਰਜ ਕਰਾ ਕੇ ਕੇਸ ਚੋਂ ਘਰ ਨੂੰ ਭੇਜ ਦੇਣ, ਜੇ ਜੀ ਕਰੇ ਰਿਮਾਂਡ ਲੈ ਕੇ ਜਿੰਨਾ ਮਰਜ਼ੀ ਤਸ਼ੱਦਦ ਕਰਨ, ਜਦੋਂ ਮਰਜ਼ੀ ਦਿਲ ਕਰੇ ਇਹ ਕਹਿ ਕੇ ਵੀ ਹਰਾਸਤ ਵਿੱਚੋਂ ਭੱਜਣ ਲੱਗਿਆ ਸੀ, ਫਲਾਨੇ ਥਾਂ ਦੇ ਉੱਤੇ ਰਿਕਵਰੀ ਲਈ ਗਿਆ ਸੀ, ਮਾਰਿਆ ਗਿਆ ਜਾਂ ਫੱਟੜ ਹੋ ਗਿਆ, ਇਹ ਆ ਡੈਮੋਕਰੇਸੀ ਇੰਡੀਆ। ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਵਾਲਾ ਰੌਲਾ, ਤੇ ਜਿਵੇਂ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੇ ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ, ਰਮੀਤ ਸਿੰਘ PhD, ਦੀਪ ਸਿੱਧੂ ਤੇ ਹੋਰ ਕਈ ਇਸ ਤਰ੍ਹਾਂ ਦੇ ਮਸਲੇ ਬਣੇ ਹੋਏ ਨੇ ਇੰਟਰਨੈਸ਼ਨਲ ਲੈਵਲ ਤੇ, ਜਿੱਥੋਂ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਟਾਰਗੇਟਿੰਗ ਕਿਲਿੰਗ ਦਾ ਰੌਲਾ ਪਿਆ ਹੋਇਆ। ਸਰਕਾਰ ਜਿਸ ਤਰੀਕੇ ਨਾਲ ਸਾਡੇ ਵਾਲੇ ਗਰੁੱਪ ਨੂੰ, ਸਾਡੇ ਕਈ ਸਿੰਘਾਂ ਨੂੰ ਟੰਗਣ ਨੂੰ ਫਿਰਦੀ ਸੀ, ਉਵੇਂ ਹੀ ਸੋਚ ਕੇ ਲੱਗਦਾ ਵੀ ਜਿਹੜਾ ਕੁਛ ਜੱਗੀ ਜੌਹਰ ਤੇ ਉਹਦੇ ਸਾਥੀਆਂ ਬਾਰੇ ਕਿਹਾ ਜਾ ਰਿਹਾ ਉਹ ਵੀ ਇਵੇਂ ਹੀ ਝੂਠਾ ਹੀ ਹੋਣਾ। ਜਿਨ੍ਹਾਂ ਦੇ ਇਸ ਤਰੀਕੇ ਨਾਲ ਉੱਤੇ ਬੀਤਦੀ ਆ ਨਾ, ਇਹ ਉਹਨਾਂ ਨੂੰ ਪੁੱਛ ਕੇ ਦੇਖੋ, ਚਿੜੀਆਂ ਦਾ ਮਰਨ ਗਵਾਰਾਂ ਦਾ ਹਾਸਾ। ਜਦੋਂ ਇੱਥੇ ਪੰਥ ਦੀ ਪੰਜਾਬ ਦੀ ਗੱਲ ਕਰਦੇ ਹਾਂ ਤੇ ਹਰ ਪਲ ਆਲੇ ਦੁਆਲਿਓਂ ਇਹੀ ਸੁਣਨ ਨੂੰ ਮਿਲੇ ਵੀ ਆਪਦਾ ਖਿਆਲ ਰੱਖਿਆ ਕਰੋ, ਉਦੋਂ ਬੰਦਾ ਇਹ ਸੋਚਦਾ ਵੀ 1947 ਮੌਕੇ ਸਾਡੇ ਬਜ਼ੁਰਗਾਂ ਨੇ ਕਿਹੜੇ ਭੁੱਖੇ ਭੇੜੀਆਂ ਦੇ ਸਾਹਮਣੇ ਹੱਥ ਪੈਰ ਬੰਨ੍ਹ ਕੇ ਸਾਡੀ ਕੌਮ ਨੂੰ ਸੁੱਟ ਦਿੱਤਾ। ਸੋ ਜਿਹੜੇ ਕਰਮ ਕਾਂਡ, ਜਿੰਨੇ ਪੁੱਠੇ ਚੱਜ ਗੁਰੂ ਸਾਹਿਬਾਨ ਨੇ ਸਾਨੂੰ ਮਨਾ ਕੀਤੇ ਸੀ ਵੀ ਇਹ ਮਨਮਤ ਵਾ, ਉਹ ਸਾਰੇ ਦੇ ਸਾਰੇ ਇਸ ਵੇਲੇ ਕਰਕੇ ਫਿਰ ਅਸੀਂ ਮਹਾਨ ਸਿੱਖ ਫੇਰ ਵੀ RSS ਦਾ ਹਿੰਦੂਤਵ ਦਾ ਏਜੰਡਾ ਪੂਰੇ ਦਾ ਪੂਰਾ ਲਾਗੂ ਕਰਨ ਤੋਂ ਬਾਅਦ ਅਸੀਂ ਮਹਾਨ ਸਿੱਖ ਫੇਰ ਹਾਂ, ਤੇ ਅਕਾਲ ਤਖ਼ਤ ਸਾਹਿਬ ਤੋਂ ਇਹੋ ਜਿਹਾ ਦੇ ਖਿਲਾਫ਼ ਤਾਂ ਕਾਰਵਾਈ ਹੋ ਨਹੀਂ ਸਕਦੀ। ਉਹ ਕਿਸੇ ਪੰਥਕ ਸਿੱਖ ਨੂੰ ਜ਼ਰੂਰ ਘੇਰ ਲੈਣਗੇ ਵੀ ਆ ਇੱਥੇ ਤੂੰ ਐਂ ਕਹਿੰਦਾ, ਤੂੰ ਉਹ ਕਹਿੰਦਾ, ਤੂੰ ਤਾਂ ਹਿੰਦੂ ਸਿੱਖ 'ਚ ਵਿਵਾਦ ਪਾਉਂਦਾ। ਸੋ ਜਿਸ ਤਰੀਕੇ ਦਾ ਸਿੱਖੀ ਦਾ ਹਿੰਦੂਕਰਨ ਕਰਨ ਲਈ ਇਹ ਪ੍ਰੋਫੈਸਰ ਜਗਵੀਰ ਸਿੰਘ ਵਰਗੇ ਇਹੋ ਜਿਹੇ ਇੱਕ ਦੋ ਨਹੀਂ, ਇਹ ਤਾਂ ਇੱਕ ਦਾ ਨਾਂ ਲੈਣ ਦੇ ਨਾਲ ਇਹ ਨਹੀਂ ਵੀ ਇਹ ਤਾਂ ਇੱਕ ਗੱਲ ਦੱਸਣ ਲਈ ਆ, ਇਹੋ ਜਿਹਾ ਹੈ ਬਹੁਤ ਸਾਰੇ ਜਿਹੜੇ ਹੱਥ ਚੁੱਕ ਕੇ ਮੋਹਰੇ ਨੇ ਉਹ ਇਸ ਵੇਲੇ ਸਰਗਰਮ, ਤੇ ਇਹੋ ਜਿਹਾ ਨੂੰ ਭਾਰਤੀ ਮੀਡੀਆ, ਡੀਪ ਸਟੇਟ, ਅੱਜ ਕੱਲ੍ਹ ਵੱਡੇ ਵੱਡੇ ਅਹੁਦੇ, ਵੱਡੀਆਂ ਵੱਡੀਆਂ ਨੌਕਰੀਆਂ, ਇਹ ਤਾਂ ਜੀ ਫਲਾਨਾ ਆ, ਇਹ ਤਾਂ ਬੜਾ ਵਿਦਵਾਨ, ਮੈਂ ਸ਼ੁਕਰ ਕਰਦਾ ਵੀ ਇਹੋ ਜਿਹੇ ਵਿਦਵਾਨਾਂ ਤੋਂ, ਇਹੋ ਜਿਹੀ ਪੜ੍ਹਾਈ ਤੋਂ ਅਸੀਂ ਬਚੇ ਹੋਏ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ, ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਜੀਤ ਸਿੰਘ ਢਾਡੀ ਇੰਗਲੈਂਡ ਦਾ ਨਾਗਰਿਕ ਆ, ਇੱਥੋਂ ਰਾਜਾਸਾਂ ਸੀ ਏਅਰਪੋਰਟ ਤੋਂ ਅੰਮ੍ਰਿਤਸਰੋਂ ਚੜ੍ਹਨ ਲੱਗਿਆ ਸੀਗਾ, ਪਿਛਲੇ ਹਫ਼ਤੇ ਫੜ ਲਿਆ, ਤੇ ਭਾਰਤੀ ਮੀਡੀਏ ਨੇ, ਭਾਰਤੀ ਸਰਕਾਰ ਨੇ, ਇੰਡੀਅਨ ਸਟੇਟ ਸਿਸਟਮ ਨੇ ਰੱਜ ਕੇ ਭੰਡਿਆ ਵੀ ਬੜਾ ਖਤਰਨਾਕ ਅੱਤਵਾਦੀ ਫੜ ਲਿਆ, ਤੇ ਜੀ ਮਤਲਬ ਕਿ ਬੁਲਟ ਉਡਾ ਦੇਣਾ ਸੀ। ਕੱਲ੍ਹ ਦੇ ਅਖ਼ਬਾਰਾਂ 'ਚ ਖ਼ਬਰ ਆ ਗਈ ਕਿ ਇੱਕ ਹਫ਼ਤਾ ਰੱਖਣ ਤੋਂ ਬਾਅਦ ਪਰਮਜੀਤ ਸਿੰਘ ਢਾਡੀ ਨੂੰ ਰਿਹਾਅ ਕਰ ਦਿੱਤਾ, ਤੇ ਕਹਿ ਦਿੱਤਾ ਵੀ ਅਸੀਂ ਕਿਸੇ ਹੋਰ ਬੰਦੇ ਨੂੰ ਫੜਨਾ ਸੀ। ਉਹ ਵੀ ਖ਼ਬਰ ਸੀ ਤੇ ਇਹ ਵੀ ਖ਼ਬਰ ਆ। ਖ਼ਬਰ ਉਹਦੇ ਫੜਨ ਦੀ ਵੀ ਸਰਕਾਰ ਨੇ ਦਿੱਤੀ ਸੀ, ਖ਼ਬਰ ਉਹਦੇ ਛੱਡਣ ਦੀ ਵੀ ਸਰਕਾਰ ਨੇ ਦਿੱਤੀ, ਪਰ ਇਹਦਾ ਅਰਥ ਇਹ ਆ ਵੀ ਸਿੱਖ ਇਸ ਮੁਲਕ ਦੇ ਵਿੱਚ ਕਿਸ ਔਕਾਤ ਕਿਸ ਹੈਸੀਅਤ ਦੇ ਵਿੱਚ ਜਾਉ ਰਹੇ ਨੇ। ਜਦੋਂ ਜਿਹਨੂੰ ਜੀ ਕਰਦਾ ਅਗਲੇ ਫੜ ਲੈਣ, ਜਿਹੜਾ ਮਰਜ਼ੀ ਇਲਜ਼ਾਮ ਲਾ ਕੇ ਤੁਹਾਡਾ ਕਿਰਦਾਰ ਕੁਸ਼ੀ ਕਰਨ, ਜਦੋਂ ਜੀ ਕਰੇ ਤੁਹਾਨੂੰ ਜੇਲ੍ਹ ਭੇਜ ਦੇਣ, ਜਦੋਂ ਜੀ ਕਰੇ ਤੁਹਾਨੂੰ ਡਿਸਚਾਰਜ ਕਰਾ ਕੇ ਕੇਸ ਚੋਂ ਘਰ ਨੂੰ ਭੇਜ ਦੇਣ, ਜੇ ਜੀ ਕਰੇ ਰਿਮਾਂਡ ਲੈ ਕੇ ਜਿੰਨਾ ਮਰਜ਼ੀ ਤਸ਼ੱਦਦ ਕਰਨ, ਜਦੋਂ ਮਰਜ਼ੀ ਦਿਲ ਕਰੇ ਇਹ ਕਹਿ ਕੇ ਵੀ ਹਰਾਸਤ ਵਿੱਚੋਂ ਭੱਜਣ ਲੱਗਿਆ ਸੀ, ਫਲਾਨੇ ਥਾਂ ਦੇ ਉੱਤੇ ਰਿਕਵਰੀ ਲਈ ਗਿਆ ਸੀ, ਮਾਰਿਆ ਗਿਆ ਜਾਂ ਫੱਟੜ ਹੋ ਗਿਆ, ਇਹ ਆ ਡੈਮੋਕਰੇਸੀ ਇੰਡੀਆ। ਮੈਨੂੰ ਲੱਗਦਾ ਵੀ ਜੇ ਪਰਮਜੀਤ ਸਿੰਘ ਢਾਡੀ ਇੰਗਲੈਂਡ ਦਾ ਨਾਗਰਿਕ ਨਾ ਹੁੰਦਾ
ਤੇ ਜਿਵੇਂ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਵਾਲਾ ਰੌਲਾ ਤੇ ਜਿਵੇਂ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੇ ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮੀ ਸਿੰਘ ਪੰਜਵੜ, ਪਰਮੀਤ ਸਿੰਘ PhD, ਦੀਪ ਸਿੱਧੂ ਤੇ ਹੋਰ ਕਈ ਇਸ ਤਰ੍ਹਾਂ ਦੇ ਮਸਲੇ ਬਣੇ ਹੋਏ ਨੇ ਇੰਟਰਨੈਸ਼ਨਲ ਲੈਵਲ ਤੇ, ਜਿੱਥੋਂ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਟਾਰਗੇਟਿੰਗ ਕਿਲਿੰਗ ਦਾ ਰੌਲਾ ਪਿਆ ਹੋਇਆ। ਹੋ ਸਕਦਾ ਜੇ ਆਮ ਦਿਨ ਹੁੰਦੇ ਫਿਰ ਪਰਮਜੀਤ ਸਿੰਘ ਢਾਡੀ ਨੂੰ ਇਸ ਤਰੀਕੇ ਨਾਲ ਰਿਹਾ ਨਾ ਕੀਤਾ ਜਾਂਦਾ। ਤੇ ਜਿਵੇਂ ਜੱਗੀ ਜਹੋਲ ਅੰਦਰ ਬੈਠਾ 5-6 ਸਾਲ ਹੋ ਗਏ, ਵਿਆਹ ਕਰਾਉਣ ਆਇਆ ਸੀ ਵਿਚਾਰਾ ਇੱਥੇ, ਅਗਲਿਆਂ ਨੇ ਟੰਗ ਤਾ। ਉਹਨਾਂ ਦਿਨਾਂ ਦੇ ਵਿੱਚ ਜਦੋਂ ਜੱਗੀ ਜੌਹਲ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ, ਉਦੋਂ ਸਾਡੇ ਸਰਕਲ ਦੇ ਵਿੱਚ ਬਹੁਤ ਸਾਰੇ ਸਿੰਘ ਸਿੰਘਣੀਆਂ ਨੂੰ ਅੱਡ ਅੱਡ ਥਾਵਾਂ ਤੇ ਸੱਦ ਕੇ ਥਾਣਿਆਂ ਦੇ ਵਿੱਚ ਪੁੱਛ ਪੜਤਾਲ ਚੱਲ ਰਹੀ ਸੀ। ਜੱਗੀ ਜੌਹਲ ਫੜਿਆ ਗਿਆ, ਫਿਰ ਬੱਗੇ ਹੁਣੀ, ਸ਼ੇਰੇ ਹੁਣੀ, ਹੋਰ ਕਈ ਭਰਾ ਸਾਡੇ ਫੜੇ ਗਏ, ਉਹ ਮਾਮਲਾ ਉੱਧਰ ਨੂੰ ਚਲੇ ਗਿਆ। ਤੇ ਜੇ ਕਿਤੇ ਇਧਰਲੇ ਪਾਸੇ ਨੂੰ ਗੱਲ ਨਾ ਜਾਂਦੀ ਫਿਰ ਅਸੀਂ ਸਾਡੇ ਵਰਗੇ ਕਈ ਜਾਣੇ ਉਦੋਂ ਟੰਗੇ ਜਾਣੇ ਸੀ। ਸਰਕਾਰ ਜਿਸ ਤਰੀਕੇ ਨਾਲ ਸਾਡੇ ਵਾਲੇ ਗਰੁੱਪ ਨੂੰ, ਸਾਡੇ ਕਈ ਸਿੰਘਾਂ ਨੂੰ ਟੰਗਣ ਨੂੰ ਫਿਰਦੀ ਸੀ, ਉਵੇਂ ਹੀ ਸੋਚ ਕੇ ਲੱਗਦਾ ਵੀ ਜਿਹੜਾ ਕੁਛ ਜੱਗੀ ਜੌਹਲ ਤੇ ਉਹਦੇ ਸਾਥੀਆਂ ਬਾਰੇ ਕਿਹਾ ਜਾ ਰਿਹਾ ਉਹ ਵੀ ਇਵੇਂ ਹੀ ਝੂਠਾ ਹੀ ਹੋਣਾ। ਆਹ ਹੁਣ ਅੱਜ ਅਖਬਾਰਾਂ ਚ ਜਦੋਂ ਖਬਰਾਂ ਛਪੀਆਂ ਕਿ ਪਰਮਜੀਤ ਸਿੰਘ ਢਾਡੀ ਦੀ ਥਾਂ ਤੇ ਕਿਸੇ ਹੋਰ ਨੂੰ ਫੜਨਾ ਸੀਗਾ, ਇਹ ਗੱਲ ਦਿਲ ਨਹੀਂ ਲੱਗਦੀ। ਅਸਲ ਵਿੱਚ ਕਹਾਣੀ ਕੋਈ ਹੋਰ ਆ ਜਿਹੜੀ ਸ਼ਾਇਦ ਕਦੇ ਸਾਹਮਣੇ ਆਵੇ ਤੇ ਅਸਲੀਅਤ ਪਤਾ ਲੱਗੇ, ਪਰ ਫਿਰ ਵੀ ਸਾਨੂੰ ਇੱਕ ਸਿੱਖ ਦੇ ਇਸ ਕੈਦ ਖਾਨੇ ਚੋਂ ਰਿਹਾ ਹੋਣ ਦੇ ਤਸੱਲੀ ਆ ਵੀ ਸ਼ੁਕਰ ਆ ਆਪਦੇ ਪਰਿਵਾਰ ਚ ਜਾਊਗਾ, ਕਿਉਂਕਿ ਟੱਬਰ ਉਹਦਾ ਇੰਗਲੈਂਡ ਚ ਬੈਠਾ ਤੜਫਦਾ ਹੋਣਾ ਵੀ ਉੱਥੇ ਪਤਾ ਨੀ ਕੀ ਬਣਨਾ। ਜਿਨ੍ਹਾਂ ਦੇ ਇਸ ਤਰੀਕੇ ਨਾਲ ਉੱਤੇ ਬੀਤਦੀ ਆ ਨਾ, ਇਹ ਉਹਨਾਂ ਨੂੰ ਪੁੱਛ ਕੇ ਦੇਖੋ, ਚਿੜੀਆਂ ਦਾ ਮਰਨ ਗਵਾਰਾਂ ਦਾ ਹਾਸਾ। ਜਦੋਂ ਇੱਥੇ ਪੰਥ ਦੀ ਪੰਜਾਬ ਦੀ ਗੱਲ ਕਰਦੇ ਹਾਂ ਤੇ ਹਰ ਪਲ ਆਲੇ ਦੁਆਲਿਓਂ ਇਹੀ ਸੁਣਨ ਨੂੰ ਮਿਲੇ ਵੀ ਆਪਦਾ ਖਿਆਲ ਰੱਖਿਆ ਕਰੋ, ਉਦੋਂ ਬੰਦਾ ਇਹ ਸੋਚਦਾ ਵੀ 1947 ਮੌਕੇ ਸਾਡੇ ਬਜ਼ੁਰਗਾਂ ਨੇ ਕਿਹੜੇ ਭੁੱਖੇ ਭੇੜੀਆਂ ਦੇ ਸਾਹਮਣੇ ਹੱਥ ਪੈਰ ਬੰਨ ਕੇ ਸਾਡੀ ਕੌਮ ਨੂੰ ਸੁੱਟ ਦਿੱਤਾ। ਤੇ ਹਾਲਾਤ ਇੱਥੇ ਇਹੋ ਜਿਹੇ ਬਣ ਗਏ ਆ, ਇਸ ਵੇਲੇ ਉਹ ਸਿੱਖ ਜਿਹੜੇ ਕਹਿ ਸਕਣ ਕਿ ਜੀ ਸਾਰੀ ਦੁਨੀਆਂ 'ਚ ਖਾਲਿਸਤਾਨ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ, ਉਹਨਾਂ ਦੀ ਬੜੀ ਲੋੜ ਆ ਤੇ ਬੜੀ ਚਾਹੁੰਦੀ ਅੱਜ ਕੱਲ੍ਹ ਉਹਨਾਂ ਦੀ। ਮੈਂ ਪੜ੍ਹ ਰਿਹਾ ਸੀਗਾ ਕਿਸੇ ਅਮੈਰੀਕਾ ਦੇ ਬੜੇ ਕਿਸੇ ਰੱਜੇ ਪੁੱਜੇ ਦੀ ਫੋਟੋ ਲਾ ਕੇ ਖਬਰ ਦਿੱਤੀ ਹੋਈ ਆ ਇੱਥੇ ਇੰਡੀਅਨ ਮੀਡੀਆ ਨੇ ਕਿ ਜੀ ਉਹ ਕਹਿੰਦਾ ਹੈਗਾ ਵੀ ਬਾਹਰ ਤਾਂ ਕੋਈ ਖਾਲਿਸਤਾਨ ਦੀ ਗੱਲ ਨਹੀਂ, ਹੱਦ ਹੋਈ ਪਈ ਆ। ਇਹ ਤੈਨੂੰ ਕੀ ਬਿਪਤਾ ਪੈ ਗਈ ਭਾਈ ਜੇ ਨਹੀਂ ਖਾਲਿਸਤਾਨ ਦੀ ਗੱਲ, ਪਰ ਅਗਲਿਆਂ ਨੂੰ ਬਣਦੀ ਕੀਮਤ ਦਿਓ ਤੇ ਜੋ ਮਰਜ਼ੀ ਕਹਾ ਲਓ। ਤੇ ਜੇ ਕੋਈ ਇਹ ਕਹਿ ਸਕਦਾ ਹੋਵੇ ਵੀ ਸਿੱਖ ਤਾਂ ਹਿੰਦੂ ਨੇ ਤੇ ਸਿੱਖ ਜਿਹੜੇ ਨੇ ਉਹ ਤਾਂ ਗੁਰੂ ਸਾਹਿਬਾਨ ਵੀ ਸਾਰੇ ਹਿੰਦੂਆਂ ਚੋਂ ਨਿਕਲੇ ਆ, ਹਿੰਦੂ ਪਰਿਵਾਰਾਂ ਚੋਂ ਆ, ਤੇ ਖਾਲਸਾ ਪੰਥ ਦੀ ਸਾਜਨਾ ਉਦੋਂ ਕੀਤੀ ਸੀ ਜਦੋਂ ਮੁਗਲਾਂ ਪਠਾਣਾ ਮੁਸਲਮਾਨਾਂ ਤੋਂ ਖਤਰਾ ਸੀਗਾ, ਹਿੰਦੂਆਂ ਨੂੰ ਉਹਨਾਂ ਦੇ ਗਨਮੈਨ ਹੁੰਦੇ ਸੀ, ਉਹਨਾਂ ਲਈ ਲੜਦੇ ਮਰਦੇ ਰਹੇ ਆ। ਤੇ ਹੁਣ ਤਾਂ ਹਿੰਦੂਆਂ ਦੀ ਬੱਲੇ ਬੱਲੇ ਆ, ਹੁਣ ਤਾਂ ਕੋਈ ਲੋੜ ਨਹੀਂ, ਇਸ ਕਰਕੇ ਖਾਲਸਾ ਪੰਥ ਨੂੰ ਖਤਮ ਕਰਕੇ ਹਿੰਦੂ ਧਰਮ ਦੇ ਵਿੱਚ ਆਪਦੇ ਮੂਲ ਧਰਮ ਵਿੱਚ ਹਿੰਦੂਆਂ ਦੇ ਨਾਲ ਚਲੇ ਜਾਣਾ ਚਾਹੀਦਾ, ਉੱਥੇ ਸ਼ੂਦਰ ਬਣ ਕੇ ਆਪਦਾ ਟਾਈਮ ਕੱਢ ਲੈਣ ਸਿੱਖ। ਜੇ ਕੋਈ ਇਹੋ ਜਿਹੀ ਭਕਾਈ ਮਾਰ ਸਕਦਾ ਹੈ ਉਹਦੀ ਤਾਂ ਫਿਰ ਜ਼ਿਆਦਾ ਕੀਮਤ ਦਿੱਤੀ ਜਾ ਸਕਦੀ ਹੋਊਗੀ ਉਹਨੂੰ। ਹੁਣ ਕਈ ਭਰਾ ਕਹਿਣਗੇ ਵੀ ਇਹ ਜ਼ਿਆਦਾ ਹੀ ਗੱਲ ਵਧਾ ਲੈਂਦੇ, ਜ਼ਿਆਦਾ ਨਹੀਂ ਵਧਾਉਂਦੇ ਭਰਾਵੋ, ਅਸੀਂ ਇੱਥੇ ਜੋ ਕੁਝ ਦੇਖ ਰਹੇ ਹਾਂ ਉਹ ਆ ਅੱਜ ਯੂਟਿਊਬ ਦੇ ਉੱਤੇ ਇੱਕ ਪ੍ਰੋਫੈਸਰ ਜਗਵੀਰ ਸਿੰਘ, ਚਾਂਸਲਰ ਸੈਂਟਰਲ ਪੰਜਾਬ ਯੂਨੀਵਰਸਿਟੀ, ਬੜਾ ਬਜ਼ੁਰਗ ਬੰਦਾ, ਕਹਿੰਦਾ ਮੇਰੀ 80-90 ਸਾਲ ਉਮਰ ਆ, ਤੇ ਉਹ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਬੜੀ ਖੋਜ ਕੀਤੀ ਆ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਉੱਤੇ ਮੇਰਾ ਰਿਸਰਚ ਪੇਪਰ ਸੀ। ਹੁਣ ਇਹ ਜਿਹੜਾ ਸ਼ਖਸ ਵਾ ਇਹਨੂੰ ਦੇਖ ਕੇ ਇਹਦੀ
सारी जड़ी वीडियो देख के नाले दे सुखी चाहल जड़ा अमेरिका दे विच कोई सिक्योरिटी दा कम कुम करता है, ये दोने जाने पठाए हुए ने, तीन चार लाले जे बैठे ने, ते पूरे प्रोग्राम दा ये आ मुख उन्हां दा भी सिख जिहड़े सिखी दे हिंदूइज्म तो वखरेपण की गल करते हैं, जिहड़े कहिंदे आ भी सिख धर्म एक आजाद धर्म है, सिख धर्म कोई हिंदू धर्म की साख सूख नहीं है, भी ये सारे दे सारे पाकिस्तान दे बंदे आ, ये सिख रेडिकल ने, एक्सट्रीमिस्ट ने, टैरोरिस्ट ने, एजेंसियां ने बाहरले मुल्कां दीआं ने इन्हां नूं पैसे दित्ते हुए ने, ये तो जी फंडिंग फुंडिंग का चक्कर आ, ते ये भाई साहब फरमा रहे ने भी सिख जिहड़े ने जां सिखी जिहड़ी आ उह सनातनी मत दे विचों सारा कुछ लिया होया, गुरु साहिबान ने उही ब्रह्मा देवी देवते उही सारा कुछ है जिहड़ा कुछ ऋग्वेद ते होर ग्रंथां दे विच है, बड़ा लंबा चौड़ा हुण होना तां इह चाहीदा वी इस बंदे दी सारी गलबात सुण तों बाद सिख विद्वानां दी इक टीम इहदा अध्ययन करके इक रिपोर्ट बना के अकाल तख्त साहिब ते इहनूं सद के इहनूं सिख धर्म का इस तरीके नाल चरबा बनाउण दा वी इह हिंदूइज्म दा फलसफा इहदे उत्ते सिक्खी उत्ते मढ़ रिहा, सिक्खी दा हिंदूकरण कर रिहा है, इहदे उत्ते अकाल तख्त साहिब ते कारवाई होनी चाहीदी आ, पर अकाल तख्त साहिब श्रोमणी गुरद्वारा प्रबंधक कमेटी तां उन्हां बादलकियां दे अधीन आ जिन्हां बादलकियां नूं बिपता पई होई आ वी किसे तरीके नाल बीजेपी नाल संबंध सैट हो जाण, ते बीजेपी वाले कहिंदे आ पहलां आरएसएस नूं पुछ के आओ, ते आरएसएस वाले जिहड़े ने उह तैयार बैठे आ वी साडियां शर्तां मन्नो, ते जिहड़े तुहाडी कौम दे विच असीं आपदे एजेंट आपदे हथ चुक के पैदा कीते होए ने उन्हां नूं होर खुल के खेडण दा मौका देवो, सिखां दा हिंदूकरण करन लई साडा राह सिखाला करो ते मौजां लुट्टो। पहलां वी इही कुछ चल रिहा पिछले 30-35 साल तों, खाड़कू लहर तों बाद विच पंजाब विच पंथ दा बामणीकरण करन दे लई जो कुछ हो रिहा उह होर पता नहीं किहड़े तरीके नाल समझाउणा चाहीदा, इत्थे आ के देख लो जो कुछ इस वेले सिख समाज विच असीं आम करदे आ, साडे जिहड़े वड्डी उम्र दे सिख ने बजुर्ग ने उह पिटदे ने वी आह कुछ तां साडे गुरु साहिबान ने कदे नहीं दस्सिया, साडे नित दे जीवन दे विच चाह एक ब्याह ही अटेंड कर लो ब्याह च ही पता लग जाता, इत्थे खबरां छपदियां ने भी ग्रंथी सिंह कहिंदा भी तुसीं जिहड़ियां आह फुल जी इक दूजे दे पाले गल च हार, ब्याह तां तुसीं कर लिया हुण आनंद कारज की करने आ। सो जिहड़े कर्म कांड जिन्ने पुठे चज गुरु साहिबान ने सानू मना कीते सी भी इह मनमत वा उह सारे दे सारे इस वेले करके फिर असीं महान सिख फिर वी आर एस एस का हिंदूत्व का एजेंडा पूरे का पूरा लागू करने तो बाद असीं महान सिख फिर हाँ जी, ते अकाल तख्त साहब तो इहो जिहां दे खिलाफ तां कारवाई हो नहीं सकती, ऊं किसे पंथक सिख नूं जरूर घेर लैणगे वी आ इत्थे तूं ऐ कहिंदा तूं उह कहिंदा, तू तो हिंदू सिख च विवाद पाउंदा फसाद पाउंदा, जिहड़ा भी सिख पंथक तौर ते दृढ़ता नाल पहरा देना चाहे ना, जिहड़ा भी सिख आपदी धर्म लई आपदी कौम लई डेडीकेशन कमिटमेंट दिखावे उहनूं कहिंदे बड़ा कट्टड़ जिहा वा, कट्टड़ पंथी है, मूलवादी आ, रेडिकल वा जी, कामरेड वी ते साडे महान सिख इंटलैक्चुअल उदों भी ज्यादा तत्ते हुए फिरदे आ, कहिंदे जी जिहड़े पंथ की गल करदे आ उह ढिल्ले ढिल्ले जे, असीं पुछीदा भी किवें, कहिंदे जिवें भाई कन्हैया जी आ ते भाई बचित्र सिंह का कोई थां नहीं पंथ विच, गुरु साहिबान ने शास्त्र पाए आ जिहड़े धारण करवाए आ पंथ नूं उह कादे लई आ, पंथ ने बाजे ढोलकियां भी बजाउणे आ, पंथ ने शास्त्र विद्या भी सिखणी, ते पंथ नूं किसे महंत दा मठ मठ वाला जिहड़ा हैगा सिस्टम उह कदों मिलिया कदे दित्ता ही नहीं उहदा। सो जिस तरीके दा सिक्खी दा हिंदूकरण करन लई इह प्रोफेसर जगवीर सिंह वर्गे ਇਹ ਜੇ ਇੱਕ ਦੋ ਨਹੀਂ ਇਹ ਤਾਂ ਇੱਕ ਦਾ ਨਾਮ ਲੈਣ ਦੇ ਨਾਲ ਇਹ ਨਹੀਂ ਵੀ ਇਹ ਤਾਂ ਇੱਕ ਗੱਲ ਦੱਸਣ ਲਈ ਆ, ਇਹੋ ਜਿਹਾ ਹੈ ਬਹੁਤ ਸਾਰੇ ਜਿਹੜੇ ਹੱਥ ਟੋਕੇ ਮੋਹਰੇ ਨੇ ਉਹ ਇਸ ਵੇਲੇ ਸਰਗਰਮ ਹੈ।
ਇਹੋ ਜਿਹਾ ਨੂੰ ਭਾਰਤੀ ਮੀਡੀਆ ਡੀਪ ਸਟੇਟ ਅੱਜ ਕੱਲ ਵੱਡੇ ਵੱਡੇ ਅਹੁਦੇ ਵੱਡੀਆਂ ਵੱਡੀਆਂ ਨੌਕਰੀਆਂ ਇਹ ਤਾਂ ਜੀ ਫਲਾਨਾ ਆ ਇਹ ਤਾਂ ਬੜਾ ਵਿਦਵਾਨ ਮੈਂ ਸ਼ੁਕਰ ਕਰਦਾ ਵੀ ਇਹੋ ਜਿਹੇ ਵਿਦਵਾਨਾਂ ਤੋਂ ਇਹੋ ਜਿਹੀ ਪੜ੍ਹਾਈ ਤੋਂ ਅਸੀਂ ਬਚੇ ਹੋਏ ਹਾਂ। ਇੱਕ ਵੇਲਾ ਹੁੰਦਾ ਜਦੋਂ ਬੰਦਾ ਕਹਿੰਦਾ ਜੀ ਉਹ ਪੜ੍ਹਿਆ ਲਿਖਿਆ ਸਾਡੇ ਵਿੱਚ ਬਾਹਰ ਦੂਰ ਦੁਰਾਡੇ ਸਾਨੂੰ ਸੁਣਨ ਵਾਲੇ ਵੀ ਬੜੇ ਲੋਕ ਹੋਣਗੇ ਜਿਨ੍ਹਾਂ ਨੂੰ ਇਸ ਗੱਲ ਦਾ ਹੋਣਾ ਕਿ ਫਲਾਨਾ ਬਹੁਤ ਪੜ੍ਹਿਆ ਲਿਖਿਆ ਪਰ ਪੜ੍ਹਿਆ ਕੀ ਆ ਇਹ ਵੀ ਤਾਂ ਪਤਾ ਹੋਣਾ ਚਾਹੀਦਾ। ਇਹੋ ਜਿਹੀ ਪੜ੍ਹਾਈ ਜਿਹੜੀ ਆਪਾਂ ਨੂੰ ਆਪਦੇ ਧਰਮ ਦਾ ਦੁਸ਼ਮਣ ਬਣਾ ਦੇ ਤੇ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣਾ ਦੇ ਉਹ ਉਹ ਪੜ੍ਹਾਈ ਕਰਨ ਦਾ ਸਤਿਕਾਰ ਹੋਣਾ ਚਾਹੀਦਾ ਕਿ ਧਰਕਾਰ ਪੈਣੀ ਚਾਹੀਦੀ ਆ ਵੀ ਦੁਰਫਿੱਟੇ ਨੂੰ ਆਹ ਪੜ੍ਹਾਈ ਇਹ ਤੈਨੂੰ ਪਤਾ ਹੀ ਨਹੀਂ ਲੱਗਾ ਵੀ ਤੇਰੇ ਨਾਲ ਹੋ ਕੀ ਰਿਹਾ। ਸੋ ਜਿਹੜਾ ਇਸ ਸਿਸਟਮ ਦੇ ਵਿੱਚ ਮਾਤਾ ਦਾ ਮਾਲ ਆ ਉਹ ਤਾਂ ਲੈਂਦਾ ਨਜ਼ਾਰੇ ਉਹਦੀਆਂ ਤਾਂ ਪੌਂ ਵਾਰਾਂ ਨੇ ਤੇ ਜਿਹੜਾ ਕਲਗੀਧਰ ਦਾ ਲਾਲ ਆ ਉਹਨੂੰ ਕਹਿੰਦੇ ਆ ਵੀ ਇਹ ਤਾਂ ਬਹੁਤ ਭੈੜਾ ਇਹ ਤਾਂ ਪਾਕਿਸਤਾਨ ਦਾ ਏਜੰਟ ਵਾ ਹੁਣ ਕਿਆ ਕਰਨਗੇ ਕੈਨੇਡਾ ਦਾ ਏਜੰਟ ਆ ਅਮਰੀਕਾ ਦਾ ਏਜੰਟ ਵਾ ਜਿਵੇਂ ਮੁਗਲਾਂ ਵੇਲੇ ਅੰਗਰੇਜ਼ਾਂ ਵੇਲੇ ਜਾਂ ਹੋਰ ਜਦੋਂ ਵੀ ਹਕੂਮਤਾਂ ਨੇ ਸਿੱਖਾਂ ਨਾਲ ਸਿੱਖੀ ਨਾਲ ਟਕਰਾਅ ਕੀਤਾ ਹੈ ਭੈੜੇ ਭੈੜੇ ਨਾਂ ਦਿੱਤੇ ਗਏ ਆ ਉਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ ਸਿੱਖੀ ਨਾਲ ਪਿਆਰ ਕੀਤਾ ਸਿੱਖ ਹਿੱਤਾਂ ਦੀ ਸਿੱਖ ਹੱਕਾਂ ਦੀ ਰਾਖੀ ਕੀਤੀ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕੀਤੀ ਉਹਨਾਂ ਨੂੰ ਹਰ ਵੇਲੇ ਹਰ ਪਲ ਮਾੜਾ ਸ਼ਬਦ ਦੁਸ਼ਮਣ ਨੇ ਵਰਤਿਆ ਤੇ ਅੱਜ ਵੀ ਉਹਨਾਂ ਨੂੰ ਰੈਡੀਕਲ ਐਕਸਟ੍ਰੀਮਿਸਟ ਟੈਰੋਰਿਸਟ ਤੇ ਹੋਰ ਬੜੇ ਸ਼ਬਦ ਆ ਜਿਹੜੇ ਦੋ ਭੱਦਰ ਪੁਰਸ਼ ਇਸ ਪ੍ਰੋਗਰਾਮ ਦੇ ਵਿੱਚ ਯੂਟਿਊਬ ਤੇ ਭਕਾਈ ਮਾਰ ਰਹੇ ਸੀ ਪ੍ਰੋਫੈਸਰ ਜਗਵੀਰ ਸਿੰਘ ਚਾਂਸਲਰ ਸੈਂਟਰਲ ਪੰਜਾਬ ਯੂਨੀਵਰਸਿਟੀ ਤੇ ਉਹ ਸਿਕਿਉਰਿਟੀਆਂ ਵਾਲਾ ਚਾਹਲ ਇਹ ਕਹਿੰਦੇ ਵੀ ਸਿੱਖਾਂ ਦਾ ਰੈਡੀਕਲਾਈਜੇਸ਼ਨ ਹੋ ਰਿਹਾ ਸਿੱਖਾਂ ਨੂੰ ਸਿੱਖੀ ਤੋਂ ਦੂਰ ਕੀਤਾ ਜਾ ਰਿਹਾ ਤੇ ਉਹਨਾਂ ਦੇ ਅੰਦਰ ਇਹ ਗੱਲ ਪਾਈ ਜਾ ਰਹੀ ਆ ਕਿ ਤੁਹਾਡਾ ਧਰਮ ਆਜ਼ਾਦ ਵਾ ਤੁਸੀਂ ਹਿੰਦੂ ਨਹੀਂ ਹੈਗੇ ਦੱਸ ਇੰਨੀ ਗੱਲ ਨੂੰ ਇਹ ਕਹਿੰਦੇ ਆ ਵੀ ਸਿੱਖ ਜਿਹੜੇ ਨੇ ਉਹਨਾਂ ਦਾ ਰੈਡੀਕਲਾਈਜੇਸ਼ਨ ਕੀਤਾ ਜਾ ਰਿਹਾ ਹਾਂ ਕਹਿੰਦੇ ਜੇ ਸਿੱਖਾਂ ਦਾ ਹਿੰਦੂ ਕਰਨ ਹੋ ਰਿਹਾ ਹੋਵੇ ਫੇਰ ਬਹੁਤ ਵਧੀਆ ਗੱਲ ਆ ਤੇ ਫੇਰ ਤਾਂ ਕਮਾਲ ਹੀ ਗੱਲ ਹੁਣ ਇਸ ਸਾਰੇ ਕਾਸੇ ਦੇ ਉੱਤੇ ਜੇਕਰ ਕਿਤੇ ਚਾਰ ਸਿੱਖ ਫੜ ਕੇ ਇਹਦੇ ਦੁਆਲੇ ਹੋ ਗਏ ਫੇਰ ਕਹਿਣਗੇ ਜੀ ਸਿੱਖਾਂ ਨੇ ਅੱਤਵਾਦੀਆਂ ਨੇ ਹਮਲਾ ਕਰਨਾ ਤੇ ਜਿਹੜੀ ਸੁਣਵਾਈ ਹੋਣੀ ਸੀ ਉਹ ਕਿਤੇ ਹੋ ਨਹੀਂ ਰਹੀ ਸੁਣਵਾਈ ਸਿੱਖ ਕੌਮ ਦੇ ਹੱਕਾਂ ਦੀ ਦੋ ਥਾਵਾਂ ਨੇ ਇੱਕ ਇੰਡੀਅਨ ਸਟੇਟ ਸਿਸਟਮ ਪਤਾ ਨੀ ਕਿੱਥੇ ਆ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਲਾਲਪੁਰਾ ਜੀ ਉਹਨਾਂ ਨੂੰ ਨੀ ਦਿਖਦਾ ਹੈਗਾ ਵੀ ਇਹ ਕੀ ਭਕਾਈ ਮਾਰ ਰਹੇ ਨੇ ਲੋਕ ਨਾ ਸਾਡੇ ਤਾਕਤਾਂ ਦੇ ਜਥੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਨਾ ਕਿਸੇ ਹੋਰ ਸੰਸਥਾ ਨੂੰ ਦਿਖਦਾ ਹੋਰ ਨਹੀਂ ਤਾਂ ਚਾਰ ਸਿੱਖ ਪਦਵਾਨ ਬਹਿ ਕੇ ਇਹਦੇ ਸਾਰੇ ਕਾਸੇ ਨੂੰ ਸੁਣ ਕੇ ਤਾਂ ਜਵਾਬ ਹੀ ਦੇ ਦੇਣ ਕਿ ਕਾਰਵਾਈ ਨਹੀਂ ਕਰਾਉਣ ਯੋਗੇ ਹੋਣਾ ਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਜੇਕਰ ਕਿਸੇ ਬੰਦੇ ਦੇ ਪਰਿਵਾਰ ਬਾਰੇ ਉਹਦੇ ਮਾਂ ਬਾਪ ਬਾਰੇ ਕੋਈ ਭੈੜੀ ਗੱਲ ਕਰੇ ਕਿਸੇ ਹੋਰ ਤਰ੍ਹਾਂ ਦੀਆਂ ਗੱਲਾਂ ਕਰੇ ਨਖੇਧਾਤਮਕ ਗੱਲਾਂ ਕਰੇ ਤਾਂ ਲੋਕ ਲੜਨ ਭਿੜਨ ਜਾਂਦੇ ਆ ਪੂਰੀ ਕੌਮ ਨੂੰ ਗਾਲਾਂ ਕੱਢੀ ਜਾਂਦਾ ਪੂਰੀ ਕੌਮ ਦਾ ਹਿੰਦੂਕਰਨ ਕਰਨ ਦੇ ਲਈ ਲੋਕ ਲੱਗੇ ਹੋਏ ਨੇ ਹੁਣ ਇਸ ਤਰ੍ਹਾਂ ਦੇ ਲੋਕਾਂ ਨੂੰ ਸਿੱਖ ਕੌਮ ਕਿਵੇਂ ਨਜਿੱਠੇ ਜਾਂ ਤਾਂ ਇਹਨਾਂ ਨਾਲ ਲੜਦੇ ਮਰ ਜਾਈਏ ਤੇ ਜਾਂ ਵੱਡੀ ਗੱਲ ਕਰੀਏ ਵੀ ਆਪਦਾ ਉਹੋ ਜਿਹਾ ਘਰ ਸਿਰਜੀਏ ਆਪਦਾ ਕੌਮ ਦਾ ਆਜ਼ਾਦ ਖਾਲਿਸਤਾਨ ਬਣਿਆ ਹੋਵੇ ਜਿੱਥੇ ਇਹੋ ਜਿਹਾ ਦੀ ਪਹਿਲਾਂ ਹੀ ਪਤਾ ਹੋਊਗਾ ਵੀ ਮਾੜੀ ਹੋਊ ਇਸ ਵੀਡੀਓ ਦੇ ਉੱਤੇ ਵੱਡੇ ਵੱਡੇ ਅੱਖਰਾਂ ਤੇ ਲਿਖਿਆ ਹੋਇਆ ਵੀ ਸਨਾਤਨ ਧਰਮ ਤੇ ਸਿੱਖ ਪੰਥ ਬਾਰੇ ਜਿਹੜੀ ਇਹ ਬਹਿਸ ਆ ਇਹਨੂੰ ਖਾਲਿਸਤਾਨੀ ਨਾ ਦੇਖਣ ਮਤਲਬ ਹਰ ਉਹ ਬੰਦਾ ਜਿਹੜਾ ਇਸ ਇਹਨਾਂ ਦੀ ਭਕਾਈ ਦੇ ਉੱਤੇ ਇਤਰਾਜ਼ ਕਰੂਗਾ ਉਹਨੂੰ ਪਹਿਲਾਂ ਹੀ ਕਹਿਤਾ ਵੀ ਇਹ ਖਾਲਿਸਤਾਨੀ ਆ ਜਿਹੜਾ ਇਹਦਾ ਇਤਰਾਜ਼ ਕਰੂਗਾ ਇਸ ਕਰਕੇ ਥੱਲੇ ਕਮੈਂਟ ਆ ਜਿਹੜੇ ਉਹ ਸਾਰੇ ਹੱਕ ਵਿੱਚ ਹੀ ਚਾਹੀਦੇ ਤੇ ਆਪਦੇ ਕੋਲੋਂ ਹੀ ਜਿਹੜਾ ਥੱਲੇ ਦੇ ਜਿੰਨੇ ਕਮੈਂਟ ਨੇ ਉਹ ਫਿਰ ਮੈਂ ਸਿੱਖ ਹਾਂ ਜੀ ਮੈਂ ਫਲਾਨਾ ਮੈਂ ਗਿੱਲ ਹਾਂ ਮੈਂ ਗਰੇਵਾਲਾ ਮੈਂ ਫਲਾਨਾ ਜੀ ਤੇ ਮੈਂ ਤਾਂ ਅੱਜ ਤੱਕ ਮੈਂ ਤਾਂ ਬਹੁਤ ਨਿਹਾਲ ਹੋ ਗਿਆ ਜੀ ਸੁਣ ਕੇ ਬਸ ਆਹੀ ਥੱਲੇ ਉੱਤੇ ਲਿਖਿਆ ਹੈ ਹੁਣ ਇਹਦੇ ਵਿੱਚ ਲਿਖਿਆ ਬੋਲਿਆ ਕੀ ਆ
कहते जी पंजाब सारे का सांझा ते ए कल्ले सिखां दा नहीं हैगा, ये हिंदुआ का भी उन्ना ही है। इतने फलाना वेद लिखा गया, फलाना हो गया, ये हो गया, मान ली गल बई तुहाडी, हिंदू भी रहते हैं इतने, हिंदू सिविलाइजेशन भी इतने हुई। गंगा जमुना वालों क्यों भजे, क्यों कहने धोती तो टोपी जमुना पार किसी कारण ही कह लग्या पंथ। तो गल ये है जदों पंजाब लई लड़न ते मरन की वारी आवे उदों लाला जी लभदे किते नहीं, ते ऊ पंजाब साडा भी आ, ऊ पंथ इत्थे पंजाब की धरती उत्ते साडा भी हक। फिर कहिंदे गुरु साहिबान दे उत्ते हिंदुआं दा पूरा हक आ, मान ली गल जी तुहाडा पूरा हक आ। फिर जिहड़े जदों गुरु साहिबान की टक्कर रही आ, दस गुरु साहिबान के इतिहास विच कई वार उन्हां नूं दिवता पाउण दे लई दुश्मनां ने हमले किए, कई तरह के हमले, विचारधारक हमले भी होए, शरीरक हमले भी होए। उन्हां हमलिया मौके जो दुश्मन करता सी मुगल दरबार वह तो खाधी कढ़ी, पर साडा तो यह निरना निकलिया होया पंथ का भी पिछलियां पांच सदियां विच गुरु साहिबान अते खालसा पंथ उत्ते जदों भी कोई हमला होया उहदे पिछे सीधा या असिधा हिंदुआं दा हक जरूर सी। गुरु नानक पातशाह दे जनेऊ वाले प्रकरण तो लैके सारे दस गुरु साहिबान आ जदों अंत वाले पड़ा ते चलो गल मारीए आपां आनंदपुर दे किले नूं पैंदा घेरा, वो घेरे मौके सानू साडे प्रचारक लाणे ने इको ही तुणतणी बजाई आ वी जी कमाल ही होगी जी, उत्थे तां मुसलमाना ने ना कुरान शरीफ दियां कसमां खाधियां सीगियां, फिर जी जिहड़े क्या गुरु साहिब ने भी जे आपां बांह नूं लारीए तेल तेल ते ओ पारीए बोरी च ते जिन्ने तैल लग जाण बांह नूं ना उन्नियां कसमां भी मुसलमान खावे ते उत्ते यकीन नहीं करना। इह जिहड़ी गल आ इहदी तां बड़ी असीं सुणी, पर सानू इह कातों नहीं दस्सिया जांदा वी उदण उत्ते बाई धार दे हिंदू पहाड़ी राजे जिन्हां दे जदों छेवें पातशाह ग्वालियर दे किले चों सी जिहड़े 52 उदों छुड़वाए, यही सी उह इन्हां दे परिवारां चों सी, ते इन्हां अकिरत घणा ने उस एहसान का बदला यह चुकाया कि छेवें पातशाह दे पोते आ दशमेश पातशाह गुरु तेग बहादुर साहब छेवें पातशाह दे सपुत्र ने, इन्होंने उत्थे कारवाई पाती। ते जदों घेरा पिया कुरान शरीफ दियां आयतां दी गल सुनाउण वाले इत्थों ये बड़ा झानी मार जांदे आ, दसदे नहीं हैगे कि उदों इन्हां ने भी आटे दियां गऊआं बना के, क्योंकि गऊ दी हिंदू फलसफे दे विच बड़ी मानता, पता नहीं किहो जी मानता, सैकड़े बार वढ के भी खा जांदे आ, फिर कहिंदे आ गऊ माता साडी इहदी नहीं राखी लई मर जांगे। खैर इत्थे तां हुण इह भी वेरवे आ गए भी भारत दियां जिन्नियां बीफ दियां फैक्ट्रियां ने जिथे गां का मीट वढ के बाहरले मुल्कां नूं भेजा जांदा, वह सारिया ही उन्होंने नाम मुसलमाना के नाम पर आल कबीर अल फतेह इदा दे लगता है इं भी जो मुसलमान का वो कारोबार आ, पर है सारिया लालिया दिंदुआ दिया। चलो अगलिया की मर्जी, मां उन्हों की आ बढ़न चाहे छ्डन। हुण आटे दियां गऊआं जिन्हां ने बना के सोहां खाधियां उन्हों का जिक्र पता नहीं कातों नहीं करते साडे प्रचारक, ना ये दसते हैं भी दशमेश पातशाह ने यह भी कहा सी जब लग खालसा रहे ने आरा तब लग तेज द्यों मैं सारा, जब जे गहे पिपरन की रीत मैं ना करूं इनकी प्रतीत, मैं तो शकल भी नहीं देखनी जे ब्राह्मणा दे मगर लगे ब्राह्मण बाद दे आप है। हुण जेकर भाई गुरु साहिबान ते तुहाडा हक आ, फिर गुरु साहिब ने यह हुक्म सानू क्यों दिता, ये सानू क्यों फरमाया कि भाई जे ब्राह्मण बाद दे मगर लगे ब्राह्मणा दे चक्कर च पै मैं थोड़ी शकल भी नहीं देखनी, हक थोड़ा हजे गुरु साहिबान ते, किन्ने औखे हुए होणगे गुरु पातशाह तुहाडे। ते फिर अगे लिखिया भी गुरु ग्रंथ साहिब दे उत्ते भी हिंदुआं दा हक, ते जिदण बेअदबी हुंदी आ उदण हिंदू कित्थे हुंदा जे हक आ, उदों तां सिख कल्पदे फिरदे हुंदे आ भी बेअदबी दा बदला लैणा।
ਫਿਰ ਕਹਿੰਦੇ ਜੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਉੱਤੇ ਵੀ ਹਿੰਦੂਆਂ ਦੀ ਆਸਥਾ ਵਾ ਤੇ ਉੱਥੇ ਸਾਡਾ ਹੱਕ। ਮੰਨ ਲਈ ਗੱਲ, ਪਰ ਜਿੱਦਣ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਨਾਲ ਟੈਂਕਾਂ ਨਾਲ ਹਮਲਾ ਹੋਇਆ ਸੀ, ਉਦੋਂ ਲੱਡੂ ਕੌਣ ਵੰਡਦਾ ਫਿਰਦਾ ਸੀ? ਹੁਣ ਤਾਂ ਚਾਅ ਚੜ੍ਹ ਗਿਆ ਸੀ। ਫਿਰ ਕਹਿੰਦੇ ਜੀ ਗੁਰੂ ਸਾਹਿਬਾਨ ਤੇ ਬਹੁਤੇ ਸਿੱਖ ਹਿੰਦੂ ਪਰਿਵਾਰਾਂ ਚੋਂ ਨਿਕਲਿਆ, ਨਿਕਲ ਤਾਂ ਆਏ ਨਾ, ਕਿੰਨੇ ਔਖੇ ਹੋਣਗੇ ਉਹ ਲੋਕ ਜਿਨ੍ਹਾਂ ਨੇ ਇਹ ਤੁਹਾਡਾ ਧਰਮ ਹਿੰਦੂ ਧਰਮ ਤਿਆਗਿਆ। ਅੱਜ ਕਿਸੇ ਸਿੱਖ ਨੂੰ ਆਪਦਾ ਧਰਮ ਤਿਆਗਣਾ ਪਵੇ, ਇਹਦਾ ਮਤਲਬ ਉਹਦੀ ਤਸੱਲੀ ਨਹੀਂ, ਉਹਨੂੰ ਗੜਬੜ ਆ, ਉਹ ਤੰਗ ਆ। ਤੇ ਇਵੇਂ ਹੀ ਉਹ ਸਿੱਖ ਜਿਹੜੇ ਸਾਡੇ ਵਡੇਰੇ ਆ, ਉਹ ਕਿੰਨੇ ਔਖੇ ਹੋਣਗੇ ਤੁਹਾਡੇ ਜ਼ੁਲਮ ਤੋਂ, ਤੁਹਾਡੇ ਮਾਨਸਿਕ ਅਤੇ ਸਰੀਰਕ ਗੁਲਾਮੀ ਤੋਂ, ਗਲਾ ਘੁੱਟਦਾ ਹੋਊਗਾ ਤੇ ਉਹਨਾਂ ਨੇ ਹਿੰਦੂ ਧਰਮ ਤੋਂ ਆਜ਼ਾਦੀ ਹਾਸਲ ਕੀਤੀ ਮੁਕਤੀ ਲਈ, ਤੇ ਸਿੱਖੀ ਦਾ ਕਿਲਾ ਜਿਹੜਾ ਸੀ ਇਹਦੇ ਚੋਂ ਬਣ ਗਏ। ਜੇ ਉਹਨਾਂ ਨੂੰ ਕੋਈ ਸਮੱਸਿਆ ਹੀ ਨਾ ਹੁੰਦੀ ਤੇ ਫਿਰ ਕਾਹਤੋਂ ਆਉਂਦੇ? ਤੇ ਅੱਜ ਕਿਸੇ ਨੂੰ ਕੋਈ ਚਾਅ ਨੀ ਚੜਿਆ ਹੋਇਆ ਹੈਗਾ ਵੀ ਦੁਬਾਰਾ ਹਿੰਦੂ ਬਣ ਕੇ ਆਪਾਂ ਉਸ ਨਰਕ ਚ ਜਾਈਏ। ਜੋ ਰੀਤ ਰਿਵਾਜ ਆਲੇ ਦੁਆਲੇ ਨਿੱਤ ਦੇਖਦੇ ਹੀ ਆ, ਜੋ ਕੁਛ ਤੁਸੀਂ ਕਰਦੇ, ਚਲੋ ਤੁਹਾਡਾ ਧਰਮ, ਜੋ ਬ੍ਰਾਹਮਣਵਾਦ ਜੋ ਸਨਾਤਨੀ ਮਤ ਸਿਖਾਉਂਦੀ ਆ, ਕਰੋ, ਦੱਬ ਕੇ ਕਰੋ। ਦੁਨੀਆਂ ਨੂੰ ਪਤਾ ਲੱਗਣਾ ਚਾਹੀਦਾ, ਜਿਨ੍ਹਾਂ ਨੂੰ ਥੋੜਾ ਬਹੁਤਾ ਬੁਖਾਰ ਚੜ੍ਹਦਾ ਹਿੰਦੂ ਸਿੱਖ ਏਕਤਾ ਦਾ, ਉਹ ਪੂਰੀ ਤਰ੍ਹਾਂ ਲੱਥ ਜੂਗਾ। ਅਖੇ ਜੀ, ਜੇਕਰ ਕੋਈ ਸਿੱਖ ਹਰਿਦੁਆਰ ਜਾਵੇ ਉੱਥੋਂ ਪਾਂਡਿਆਂ ਤੋਂ, ਜਾਂ ਪਿਹੋਵੇ ਜਾਵੇ ਤੇ ਉੱਥੋਂ ਪਾਂਡਿਆਂ ਤੋਂ ਆਪਦਾ ਜਨਮ ਪੱਤਰੀ ਕਢਾਵੇ, ਤਾਂ ਕਹਿੰਦੇ ਉਹ ਪਤਾ ਲੱਗ ਜੂਗਾ ਵੀ ਦੂਜੀ ਤੀਜੀ ਜਾਂ ਚੌਥੀ ਪੁਸ਼ਤ ਵਿੱਚ ਹੈ ਤਾਂ ਹਿੰਦੂਆਂ ਦਾ ਹੀ ਸੀ। ਉਹ ਭਾਈ ਇਹ ਐਡਾ ਟਟਵੈਰ ਕਾਹਨੂੰ ਕਰਨਾ? ਅਸੀਂ ਵੈਸੇ ਹੀ ਅਸੀਂ ਮੰਨਦੇ ਹਾਂ ਕਿ ਸਾਡੇ ਪਹਿਲਾਂ ਜਿਹੜੇ, ਪਰ ਅਸੀਂ ਹਿੰਦੂ ਨਹੀਂ ਸੀਗੇ, ਹਿੰਦੂਆਂ ਦੇ ਗੁਲਾਮ ਸੀ, ਸ਼ਿਕਾਰ ਸੀ, ਅਸੀਂ ਤੁਹਾਡੇ ਸ਼ਿਕਾਰ ਬਣੇ ਹੋਏ ਸੀ। ਬੜਾ ਅਸੀਂ ਔਖ, ਬੜਾ ਦੁੱਖ ਕੱਟ ਰਹੇ ਸੀ ਸਾਡੇ ਵਡੇਰੇ, ਤੇ ਗੁਰੂ ਸਾਹਿਬਾਨ ਨੇ ਆ ਕੇ ਕਿਹਾ ਵੀ ਆਜੋ, ਜਿਹਨੇ ਨੱਚਣਾ ਖੰਡੇ ਦੀ ਧਾਰ ਤੇ। ਤੁਸੀਂ ਉਹਨਾਂ ਨੂੰ ਆਖਿਆ ਵੀ ਇਹ ਤਾਂ ਨੀਚ ਨੇ। ਗੁਰੂ ਸਾਹਿਬ ਨੇ ਵੰਗਾਰਿਆ ਕਿਹਾ ਵੀ ਨਾਨਕ ਤਿਨਕੇ ਸੰਗ ਸਾਥ, ਬੜਿਆ ਸਹੁਕਾਰੀ, ਮੈਂ ਤੁਹਾਡੇ ਤੋਂ ਕੀ ਲੈਣਾ, ਮੈਨੂੰ ਇਹ ਨੀਚ ਹੀ ਚੰਗੇ ਆ। ਸੋ ਗੁਰੂ ਸਾਹਿਬਾਨ ਨੇ ਸਾਨੂੰ ਜਿਸ ਮੱਕੜ ਜਾਲ ਚੋਂ ਕੱਢਿਆ, ਉਹ ਸਾਡੇ ਵਡੇਰਿਆਂ ਨੇ ਬਹੁਤ ਵੱਡਾ ਅਹਿਸਾਨ ਸਾਡੇ ਤੇ ਕੀਤਾ, ਜਿਹੜਾ ਸਾਨੂੰ ਸਿੱਖ ਫਲਸਫਾ ਦਿੱਤਾ, ਸਿੱਖ ਧਰਮ ਦਿੱਤਾ। ਸੋ ਸਾਨੂੰ ਕਿਸੇ ਬਹੀ ਬੁਹੀ ਦੀ ਲੋੜ ਨਹੀਂ, ਅਸੀਂ ਪਹਿਲੋਂ ਹੀ ਮੰਨਦੇ ਹਾਂ ਵੀ ਸਾਡੇ ਜਿਹੜੇ ਆ ਵੱਡੇ ਵਡੇਰੇ ਉਹ ਹਿੰਦੂਆਂ ਦੇ ਸ਼ਿਕਾਰ ਰਹੇ, ਵਿਕਟਮ ਰਹੇ। ਫਿਰ ਕਹਿੰਦੇ ਜੀ ਸਿੱਖਾਂ ਦੀ ਹਿੰਦੂਆਂ ਨਾਲ ਭਾਈਚਾਰਕ ਸਾਂਝ ਆ, ਸਮਾਜਿਕ ਨੇੜਤਾ ਆ, ਹਿੰਦੂਆਂ ਦਾ ਵੱਡਾ ਮੁੰਡਾ ਸਿੱਖ ਸੱਜਦਾ ਰਿਹਾ, ਉਹ ਕਿਉਂ ਸੱਜਦਾ ਰਿਹਾ? ਉਦੋਂ ਲੋੜ ਸੀ ਤੁਹਾਡੀ, ਉਸ ਲੋੜ ਚੋਂ ਤੁਸੀਂ, ਕਿਉਂਕਿ ਇੱਕ ਇੱਕ ਮੁੰਡਾ ਦੇ ਦਿਓ ਸਿੱਖਾਂ ਨੂੰ ਤੇ ਫਿਰ ਸਾਰੇ ਟੱਬਰ ਦੀ, ਸਾਰੇ ਲਾਣੇ ਦੀ, ਸਾਰੇ ਪਿੰਡ ਦੀ, ਮਹੱਲੇ ਦੀ ਰਾਖੀ ਦੀ ਜ਼ਿੰਮੇਵਾਰੀ ਸਿੱਖਾਂ ਦੀ ਹੋ ਗਈ। ਉਹ ਤੁਸੀਂ ਆਪਦੇ ਸਵਾਰਥ ਲਈ ਕੀਤਾ, ਤੇ ਭਾਈਚਾਰਕ ਸਾਂਝ, ਸਮਾਜਿਕ ਰਿਸ਼ਤਾ। ਹੁਣ ਜੇਕਰ ਕੋਈ ਹਿੰਦੂ ਕਿਸੇ ਇਹੋ ਜਿਹੇ ਇਲਾਕੇ 'ਚ ਚਲੇ ਜਾਵੇ ਜਿੱਥੇ ਗੋਰੇ ਈਸਾਈ ਰਹਿੰਦੇ, ਤੇ ਉੱਥੇ ਉਹ ਰਹਿੰਦਾ ਹੋਇਆ ਦੇਖੇ ਵੀ ਇੱਥੇ ਕੋਈ ਸਾਡੇ ਧਰਮ ਦਾ ਸਥਾਨ ਤਾਂ ਹੈ ਨਹੀਂ, ਮੈਂ ਇਕੱਲਾ ਹੈਗਾ, ਉੱਥੇ ਉਹਦੇ ਮੋਹ ਮੁਹੱਬਤ ਰਿਸ਼ਤੇ, ਸਮਾਜਿਕ ਪ੍ਰਾਣੀ ਆ, ਮਨੁੱਖ ਬਣ ਹੀ ਜਾਣੇ, ਗੋਰੇ ਆ, ਈਸਾਈ ਆ, ਉਹਨੂੰ ਕੀ ਮਤਲਬ ਉਹਨਾਂ ਨਾਲ ਕੰਮ ਕਾਰ ਕਰਨਾ, ਉਹਨਾਂ ਨਾਲ ਨੇੜ ਤੇੜ ਬਣਨਾ, ਮੋਹ ਮੁਹੱਬਤ ਬਣਨਾ, ਕੋਈ ਵੱਡੀ ਗੱਲ ਨਹੀਂ। ਫਿਰ ਆਮ ਹਿੰਦੂ ਮਾਇੰਡ ਸੈਟ ਦੇ ਵਿੱਚ ਇਹ ਹੈ ਕਿ ਸਾਰੇ ਪਾਸੇ ਰੱਬ ਹੀ ਆ ਜੀ, ਰੱਬ ਹੀ, ਰਾਮ ਹੀ ਆ, ਕਣ ਕਣ ਵਿੱਚ ਰਾਮ। ਉਹਨੇ ਤਾਂ ਹਰ ਥਾਂ ਦੇ ਉੱਤੇ 36,000 ਚੀਜ਼ ਨੂੰ ਮੱਥਾ ਟੇਕ ਦਿੰਦੇ ਆ, ਚਾਹੇ ਉਹ ਪੱਥਰ ਦਾ ਟੁਕੜਾ, ਉਹਨੂੰ ਵੀ ਭਗਵਾਨ ਮੰਨ ਸਕਦੇ ਆ ਹਿੰਦੂ, ਮੂਰਤੀ ਆ ਕਿਸੇ ਦੇਵੀ ਦੇਵਤੇ ਦੀ, ਉਹਦੇ ਚ ਆਸਥਾ ਰੱਖ ਸਕਦੇ ਆ ਹਿੰਦੂ, ਕੋਈ ਕਿਤਾਬ ਹੋਵੇ ਉਹਨੂੰ ਵੀ ਸਤਿਕਾਰ ਦੇ ਸਕਦੇ ਆ ਹਿੰਦੂ। ਹਿੰਦੂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਦਾ ਫਲਸਫਾ, ਹਿੰਦੂ ਲਈ ਕੋਈ ਬੰਦਿਸ਼ ਨਹੀਂ, ਉਹ ਹਰ ਚੀਜ਼ ਦੀ, ਹਰ ਚੀਜ਼ ਵਿੱਚੋਂ ਰੱਬ ਦਾ ਅਹਿਸਾਸ ਕਰਕੇ ਉਹਦੀ ਪੂਜਾ ਕਰਨੀ, ਉਹਦੇ ਪ੍ਰਤੀ ਸਤਿਕਾਰ, ਜਾਨਵਰਾਂ ਦਾ ਸਤਿਕਾਰ, ਬੜੇ ਜਾਨਵਰਾਂ ਨੂੰ ਕਹਿ ਲੈਂਦੇ ਆ ਜੀ ਇਹਦੇ ਸਾਨੂੰ ਪ੍ਰਮਾਤਮਾ ਦਾ। ਇਵੇਂ ਹੀ ਜੇਕਰ ਉਹ ਹਿੰਦੂ ਜਿਹੜਾ ਈਸਾਈ
इलाके च रहिंदा ते उत्थे अंग्रेज वसदे आ, गोरे वसदे आ। ਉਹ ਜੇ ਚਰਚ ਨੂੰ ਦੇਖੇ ਤੇ ਚਰਚ ਦੇ ਵਿੱਚ ਦੇਖ ਕੇ ਵੀ ਇਹ ਲੋਕ ਇੱਥੇ ਪੂਜਾ ਅਰਚਨਾ ਕਰਦੇ ਆ ਤੂੰ ਆਪਦੇ ਧਰਮ ਨਾਲ ਆਪਦੇ ਹਿਸਾਬ ਨਾਲ ਕਹੇ ਵੀ ਚਲੋ ਹੈ ਤਾਂ ਰੱਬ ਦਾ ਨਾਂ ਹੀ ਲੈਂਦੇ ਆ ਉੱਥੇ ਉਹ ਸਤਿਕਾਰ ਭੇਟ ਕਰਨ ਲੱਗ ਜਵੇ ਤੇ ਸਮਾਂ ਬੀਤਣ ਦੇ ਨਾਲ ਉੱਥੇ ਉਹਦੇ ਵਰਗੇ ਹਿੰਦੂਆਂ ਦਾ ਹੋਰ ਜ਼ਿਆਦਾ ਗਰੁੱਪ ਆ ਜੇ ਲੋਕ ਵੱਧ ਜਾਣ ਤੇ ਬਾਅਦ ਵਿੱਚ ਪਿੱਟਣ ਤੇ ਸਾਡੇ ਤਾਂ ਰਿਸ਼ਤੇ ਨਾਤੇ ਬੜੇ ਆ ਅਸੀਂ ਤਾਂ ਪਿਛਲੀਆਂ ਦੋ ਤਿੰਨ ਪੁਸ਼ਤਾਂ ਤੋਂ ਇੱਥੇ ਇਹਨਾਂ ਨਾਲ ਇੱਥੇ ਜਗ੍ਹਾ ਤੇ ਆਉਂਦੇ ਜਾਂਦੇ ਆ ਸਾਡਾ ਹੱਕ ਵਾ ਅਸੀਂ ਵੀ ਇਸ ਚਰਚ ਨੂੰ ਮੰਨਦੇ ਹਾਂ ਉਹ ਕਹਿਣਗੇ ਭਾਈ ਆਓ ਜਾਓ ਲੱਖ ਵਾਰੀ ਪਰ ਤੁਹਾਡਾ ਧਰਮ ਵੱਖਰਾ ਤੁਹਾਡੇ ਅਸੂਲ ਵੱਖਰੇ ਕਹਿੰਦੇ ਨਹੀਂ ਅਸੀਂ ਮੱਥਾ ਟੇਕਦੇ ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਕਿਉਂ ਟੇਕਦੇ ਸੀ ਸਾਡੇ ਧਰਮ ਦੇ ਈਸਾਈ ਮਤ ਦੇ ਅਸੂਲਾਂ ਅਨੁਸਾਰ ਤੇ ਹਿੰਦੂ ਮਤ ਦੇ ਅਸੂਲਾਂ ਦੇ ਵਿੱਚ ਬੜਾ ਫਰਕ ਉਵੇਂ ਹੀ ਜਦੋਂ ਹਿੰਦੂ ਦਰਬਾਰ ਸਾਹਿਬ ਆਉਂਦਾ ਹੈ ਉਹਦੇ ਲਈ ਕੋਈ ਇਸ ਗੱਲ ਦਾ ਮਨ ਵਿੱਚ ਦੁਵਿਧਾ ਨਹੀਂ ਹੁੰਦੀ ਜਿਵੇਂ ਸਿੱਖ ਨੂੰ ਪੰਗਾ ਜਿਹਾ ਪੈ ਜਾਂਦਾ ਜਦੋਂ ਉਹਨੂੰ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਕਿਸੇ ਮੂਰਤੀ ਨੂੰ ਜਾਂ ਕਿਸੇ ਇਹੋ ਜਿਹੀ ਚੀਜ਼ ਨੂੰ ਸ਼ਿਵਲਿੰਗ ਨੂੰ ਮੱਥਾ ਟੇਕਣਾ ਪੈ ਜਾਏ ਮੌਤ ਪੈ ਜਾਂਦੀ ਹੈ ਸਾਨੂੰ ਤਾਂ ਬਹੁਤ ਔਖਾ ਲੱਗਦਾ ਜੀ ਇਹ ਗੱਲ ਸਿੱਧੀ ਜੀ ਚਲੋ ਅਗਲਿਆਂ ਦਾ ਧਰਮ ਹੈ ਅਗਲੇ ਜੋ ਮਰਜ਼ੀ ਕਰ ਸਕਦੇ ਪਰ ਸਿੱਖ ਫਲਸਫਾ ਇਹ ਨਹੀਂ ਕਿ ਦੂਜਿਆਂ ਦਾ ਤਿਰਸਕਾਰ ਕਰੀਏ ਅਗਲਿਆਂ ਦੀ ਆਸਥਾ ਉਹਨਾਂ ਦਾ ਮਾਨਵਾ ਜਿਵੇਂ ਮਰਜ਼ੀ ਕਰਨ ਪਰ ਹਿੰਦੂ ਲਈ ਇਹ ਚੀਜ਼ ਹੋਰ ਆ ਉਹਦੇ ਲਈ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਸ਼ਿਵਲਿੰਗ ਨੂੰ ਮੱਥਾ ਟੇਕਣਾ ਜਾਂ ਹੋਰ ਜਿੰਨੀਆਂ ਚੀਜ਼ਾਂ ਨੂੰ ਮੱਥਾ ਟੇਕਣਾ ਉਹਦੇ ਨਜ਼ਰੀਏ ਤੋਂ ਕੋਈ ਵੀ ਦੁਬਧਾ ਉਹਨੂੰ ਨਹੀਂ ਆਉਂਦਾ ਸਿੱਖ ਲਈ ਔਖਾ ਹੁਣ ਜੇਕਰ ਤੁਸੀਂ ਆ ਕੇ ਹੋਰ ਚੀਜ਼ਾਂ ਵਾਂਗੂ ਹੀ ਗੁਰੂ ਗ੍ਰੰਥ ਸਾਹਿਬ ਨੂੰ ਦਰਬਾਰ ਸਾਹਿਬ ਚ ਆਉਣ ਨੂੰ ਤੇ ਬਾਅਦ ਚ ਪਿੱਟਣ ਬਹਿ ਜਾਓ ਕਿ ਅਸੀਂ ਜਾਂਦੇ ਰਹੇ ਹਾਂ ਜੀ ਦਰਬਾਰ ਸਾਹਿਬ ਅਸੀਂ ਵੀ ਚੜਾਵਾ ਚੜਾਉਂਦੇ ਹਾਂ ਅਸੀਂ ਵੀ ਇੱਥੇ ਮੱਥੇ ਟੇਕਦੇ ਰਹੇ ਸਾਡਾ ਵੀ ਹੱਕ ਤੇ ਐਂ ਹੱਕ ਬਣਦਾ ਕਿਸੇ ਦੇ ਘਰ ਜਾਈਏ ਤੇ ਉਹਨਾਂ ਦੇ ਅਦਬ ਸਤਿਕਾਰਯੋਗ ਬਜ਼ੁਰਗਾਂ ਨੂੰ ਜਿਵੇਂ ਉਹਨਾਂ ਦੇ ਬੱਚੇ ਮੱਥਾ ਟੇਕਦੇ ਆ ਸਤਿਕਾਰ ਕਰਦੇ ਆ ਉਵੇਂ ਕਰਨ ਲੱਗ ਜਾਈਏ ਤੇ ਬਾਅਦ ਚ ਰੌਲਾ ਪਾ ਕੇ ਬਹਿ ਜਾਈਏ ਵੀ ਮੈਂ ਵੀ ਇੰਨੇ ਸਾਲਾਂ ਤੋਂ ਉਹਨਾਂ ਮੱਥੇ ਟੇਕਦਾ ਮੇਰਾ ਵੀ ਬਾਪੂ ਇਹੀ ਆ ਐਂ ਕਿਵੇਂ ਹੋਜੂ ਮੇਰਾ ਵੀ ਇਹਦੀ ਜਾਇਦਾਦ ਦੇ ਉੱਤੇ ਵਾਰਸ ਆ ਮੈਂ ਵੀ ਐਂ ਕਿਵੇਂ ਹੋਜੂ ਭਾਈ ਸੋ ਇਸ ਚੱਕਰ ਦੇ ਵਿੱਚ ਜਿਹੜਾ ਸਹਿਜ ਸੁਭਾਅ ਜਿਹਾ ਇੱਕ ਵਰਤਾਰਾ ਪਹਿਲੋਂ ਉਹਨੂੰ ਫਿਰ ਇੱਕ ਹਮਲੇ ਦੇ ਰੂਪ ਚ ਬਟਾ ਲੈਣਾ ਇਹੀ ਉਹ ਮਕਾਰੀ ਆ ਇਹੀ ਉਹ ਠੱਗੀ ਆ ਹਿੰਦੂ ਇਜ਼ਮ ਦੇ ਹਮਲੇ ਤੇ ਹਿੰਦੂ ਇਜ਼ਮ ਦੀ ਸਹਿਜਤਾ ਬਹੁਤੀ ਵਾਰ ਤਾਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਹਮਲਾ ਬੰਦਾ ਪੰਗੇ ਜੀ ਪਿਆ ਰਹਿੰਦਾ ਵੀ ਇਹਨੂੰ ਕਹੀਏ ਤਾਂ ਇਹਨੂੰ ਸਮਝੀਏ ਤਾਂ ਸਮਝੀਏ ਕਿਵੇਂ ਮੈਂ ਤਾਂ ਜਦੋਂ ਇਸ ਮਸਲੇ ਉੱਤੇ ਧਿਆਨ ਮਾਰਦਾ ਤਾਂ ਬੜਾ ਉਲਝ ਜਾਂਦਾ ਆਪਦੇ ਵੱਲੋਂ ਬੜੀ ਸਪਸ਼ਟਤਾ ਨਾਲ ਗੱਲ ਕਰੀ ਦੀ ਹੈ ਜਿਵੇਂ ਹੁਣ ਕਹਿੰਦੇ ਆ ਇਹ ਅਖੇ ਜੀ ਸਿੱਖ ਧਰਮ ਦੀ ਤਾਂ ਨਰਸਰੀ ਆ ਹਿੰਦੂ ਧਰਮ ਭਾਈ ਬਥੇਰੇ ਕਾਲਿਆਂ ਚੋਂ ਗੋਰਿਆਂ ਚੋਂ ਮੁਸਲਮਾਨਾਂ ਚੋਂ ਵੀ ਸਿੱਖ ਸਜੇ ਆ ਹਾਲਾਂਕਿ ਅੱਜ ਦੇ ਦੌਰ ਵਿੱਚ ਹੁਣ ਟਾਵਾਂ ਟਾਵਾਂ ਹਿੰਦੂਆਂ ਵੱਲੋਂ ਆ ਰਿਹਾ ਹਿੰਦੂਆਂ ਦੇ ਵਿੱਚੋਂ ਪਿਛਲੀਆਂ ਸਦੀਆਂ ਚ ਬਹੁਤ ਸਿੱਖ ਸਜੇ ਹੁਣ ਤਾਂ ਕਾਲੇ ਕਾਲੇ ਜਾਂ ਗੋਰੇ ਬਹੁਤ ਸਿੱਖ ਸਜ ਰਹੇ ਤੇ ਫਿਰ ਨਰਸਰੀ ਤਾਂ ਬਦਲ ਗਈ ਹੁਣ ਹਿੰਦੂ ਤਾਂ ਸਾਡੀ ਨਰਸਰੀ ਰਹੇ ਨੀ ਤੇ ਇਹ ਹਿੰਦੂ ਨਾਲ ਜਿਹੜਾ ਵਿਵਾਦ ਬਣਿਆ ਬੜਾ ਪਿੱਟਦੇ ਆ ਜਿਹੜੇ ਆ ਦੋਨੇ ਜਾਣੇ ਹੈਗੇ ਆ ਨਾ ਸੂਰਮੇ ਇਹ ਪ੍ਰੋਫੈਸਰ ਸਾਹਿਬ ਇਹ ਬੜੇ ਔਖੇ ਆ ਕਹਿੰਦੇ ਜੀ ਖਾਲਿਸਤਾਨ ਆ ਗਿਆ ਵਿਚਾਲੇ ਕਹਿੰਦੇ ਜੀ ਪਹਿਲਾਂ ਤਾਂ ਸਾਡੇ ਬਚਪਨ ਚ ਤਾਂ ਕੱਲਾ ਹਿੰਦੂ ਨਾਲ ਵਖਰੇਵਾਂ ਦਿਖਾਉਂਦੇ ਹੁੰਦੇ ਸੀਗੇ ਵੀ ਅਸੀਂ ਸਿੱਖ ਹਾਂ ਅਸੀਂ ਹਿੰਦੂ ਨਹੀਂ ਹੁਣ ਕਹਿੰਦਾ ਵਿਰੋਧ ਕਰਦੇ ਆ ਹੁਣ ਤਾਂ ਜੀ ਮੁਖਾਲਫਤ ਕਰਦੇ ਆ ਜੇ 1984 ਨਾ ਵਾਪਰਦਾ ਸਾਡੀ ਕੌਮ ਨੂੰ ਕਿੱਥੇ ਅਕਲ ਆਉਣੀ ਸੀ ਅਸੀਂ ਤਾਂ ਹੌਲੀ ਹੌਲੀ ਬੜੀ ਸਹਿਜਤਾ ਨਾਲ ਕਤਲ ਹੋ ਰਹੇ ਸੀ ਸਾਨੂੰ ਅੰਦਰੋਂ ਅੰਦਰੀ ਖੋਰਾ ਲਾ ਕੇ ਜਿਸ ਤਰੀਕੇ ਨਾਲ ਸਾਡੇ ਧਰਮ ਨੂੰ ਸਾਡੇ ਅੰਦਰੋਂ ਕੱਢ ਕੇ ਉਹਦੀ ਥਾਂ ਤੇ ਹਿੰਦੂ ਫਲਸਫਾ ਵਾੜਿਆ ਜਾ ਰਿਹਾ ਸੀ ਉਹ 1984 ਨੇ ਅਕਲ ਦਿੱਤੀ 1984 ਤੋਂ ਪਹਿਲਾਂ ਵਾਲੇ ਬਹੁਤੇ ਸੱਜਣ ਜਿਹੜੇ ਆ ਉਹਨਾਂ ਨੂੰ ਔਖ ਆ ਤੇ ਇੱਕ ਉਹ ਹਿੱਸਾ ਜਿਹੜਾ ਨਵਾਂ ਨਵਾਂ ਸਕੂਲਾਂ ਕਾਲਜਾਂ ਚੋਂ ਇਸ ਭਾਰਤੀ ਹਿੰਦੂ ਤਵੀ ਏਜੰਡੇ ਵਾਲੀ ਵਿਦਿਆ ਨੀਤੀ ਦਾ ਸ਼ਿਕਾਰ ਆ ਉਹਨਾਂ ਨੂੰ ਔਖ ਆ
ਜਿਹੜੇ ਜਿਹੜੇ ਸਿੱਖਾਂ ਨੂੰ ਸਮਝ ਲੱਗ ਗਈ ਆ ਉਹਨਾਂ ਨੂੰ ਬਹੁਤ ਸਾਰੀਆਂ ਘੁੰਡੀਆਂ ਨੇ ਜਿੱਥੇ ਜਾ ਕੇ ਅਜੇ ਸਮੱਸਿਆ ਆਉਂਦੀ ਹੈ। ਪਰ ਮੋਟੇ ਤੌਰ ਤੇ ਇਹ ਪਤਾ ਤਾਂ ਸਾਡੇ ਜਿਹੜੇ ਗੈਰ ਸਿੱਖ ਸੀ ਜਿਹਦਾ ਦੂਜੇ ਮੁਲਕ ਸੀ ਉਹਨਾਂ ਨੂੰ ਵੀ 1984 ਤੋਂ ਬਾਅਦ ਪਤਾ ਲੱਗਿਆ ਵੀ ਜੇ ਇਹ ਸਿੱਖ ਹਿੰਦੂ ਹੁੰਦੇ, ਜਿਵੇਂ ਇਹ ਕਹਿੰਦੇ ਆ ਵੀ ਕੇਸਾਧਾਰੀ ਹਿੰਦੂ ਆ, ਕੇਸ ਰੱਖਦੇ ਆ, ਹੈ ਤਾਂ ਹਿੰਦੂ ਹੀ ਆ, ਫਿਰ ਇਹਨਾਂ ਦੀ ਨਸਲਕੁਸ਼ੀ ਕਿਉਂ ਹੁੰਦੀ? ਇਹਨਾਂ ਦੇ ਧਰਮ ਸਥਾਨਾਂ ਦੇ ਉੱਤੇ ਇਸ ਤਰੀਕੇ ਨਾਲ ਟੈਂਕਾਂ, ਤੋਪਾਂ, ਬੰਬਾਂ ਨਾਲ ਹਮਲੇ ਕਾਹਤੋਂ ਹੁੰਦੇ? ਇਹਨਾਂ ਦੇ ਗਲਾਂ 'ਚ ਟਾਇਰ ਕਾਹਤੋਂ ਪੈਂਦੇ? ਇਹ ਅਕਲ, ਇਹ ਸਮਝ 1984 ਨੇ ਦਿੱਤੀ। ਠੀਕ ਆ, ਸਾਨੂੰ ਬਹੁਤ ਵੱਡਾ ਲੌਸ, ਬਹੁਤ ਨੁਕਸਾਨ ਹੋਇਆ, ਪਰ ਜੇ ਇਹ ਇਸ ਤਰੀਕੇ ਨਾਲ ਨਾ ਵਾਪਰਦਾ ਸਾਨੂੰ ਹੋਸ਼ ਵੀ ਨਹੀਂ ਸੀ ਆਉਂਦਾ। ਅਸੀਂ ਤਾਂ ਇੱਥੇ ਹਿੰਦੂ ਸਿੱਖ ਏਕਤਾ ਦੇ ਜਿੰਦਾਬਾਦ ਦੇ ਨਾਅਰੇ ਮਾਰ ਮਾਰ ਕੇ ਸ਼ਦਾਈ ਬਣੇ ਰਹਿਣਾ ਸੀ। ਜਿਨ੍ਹਾਂ ਬੰਦਿਆਂ ਨੇ 1984 ਚ ਗਲਾਂ ਚ ਟਾਇਰ ਪਾਏ, ਜਿਨ੍ਹਾਂ ਨੇ ਤਿਰੰਗੇ ਵਾਲੇ ਟੈਂਕ ਭੇਜੇ, ਉਹਨਾਂ ਨੇ ਸਿੱਖਾਂ ਨੂੰ ਜਗਾਇਆ ਵੀ ਆਪਦਾ ਵੱਖਰਾਪਣ, ਆਪਦੇ ਵੱਖਰੇ ਮੁਲਕ ਦੀ ਗੱਲ ਛੇੜ ਲਓ। ਤੇ ਇਹ ਕਹਿੰਦੇ ਜੀ ਪਾਕਿਸਤਾਨ ਨੇ ਪੰਪ ਮਾਰਤਾ ਤਾਂ ਕਹਿੰਦੇ ਖਾਲਿਸਤਾਨ ਦੀਆਂ ਗੱਲਾਂ ਕਰਦੇ। ਦੱਸੋ ਇਹ ਪੜ੍ਹੇ ਲਿਖੇ ਨੇ, ਇਹ ਪੜ੍ਹੇ ਲਿਖਿਆਂ ਦੀ, ਪ੍ਰੋਫੈਸਰਾਂ ਦੀ ਅਕਲ ਆ? ਸਾਡੇ ਵਰਗੇ ਜਿਹੜੇ ਘੱਟ ਪੜ੍ਹੇ ਆ, ਸਾਨੂੰ ਤਾਂ ਅੱਜ ਤੱਕ ਨਹੀਂ ਸਮਝ ਆਇਆ ਵੀ ਕਿਹੜਾ ਪਾਕਿਸਤਾਨੀ ਸਾਨੂੰ ਆ ਕੇ ਇੱਥੇ ਮਤਾਂ ਦਿੰਦਾ। ਜੇ ਦਰਬਾਰ ਸਾਹਿਬ ਤੇ ਹਮਲਾ ਨਾ ਹੁੰਦਾ ਤਾਂ ਸਿੱਖਾਂ ਚ ਖਾਲਿਸਤਾਨ ਦੀ ਗੱਲ ਉਵੇਂ ਚੱਲਣੀ ਹੋਈ ਨਹੀਂ ਸੀ। 1971 ਵਿੱਚ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਗੱਲ ਕੀਤੀ, ਕਿਸੇ ਨੇ ਸੁਣੀ ਹੋਈ ਨਹੀਂ। 1978 ਦੇ ਵਿੱਚ ਦਲ ਖਾਲਸਾ ਨੇ ਖਾਲਿਸਤਾਨ ਦੀ ਗੱਲ ਛੇੜੀ, ਕਹਿੰਦੇ ਐਵੇਂ ਮਾਰੀ ਜਾਂਦੇ। ਬੱਬਰ ਖਾਲਸਾ ਨੇ, ਨੈਸ਼ਨਲ ਕੌਂਸਲ ਆਫ ਖਾਲਿਸਤਾਨ ਨੇ 1981 ਤੋਂ ਬਾਅਦ ਬੜਾ ਜ਼ੋਰ ਲਾਇਆ, ਸੁਣਦਾ ਕੋਈ ਇੱਥੇ? ਡਾਕਟਰ ਸੋਹਣ ਸਿੰਘ ਨੇ ਇੱਕ ਸਿੱਖ ਸਪੈਸਟੀਕੇਟਸ ਗਰੁੱਪ ਬਣਾਇਆ ਹੁੰਦਾ ਸੀ, ਉਹਦੀ ਵੀ ਨਹੀਂ ਕਿਸੇ ਨੇ ਸੁਣੀ। 1984 ਦੀ 5 ਜੂਨ ਨੂੰ ਸਿੱਖ ਸੁੱਤੇ, ਇੰਦਰਾ ਨੇ ਉਹ ਕਰਤੂਤ ਕੀਤੀ ਵੀ 6 ਜੂਨ ਦੀ ਸਵੇਰ ਨੂੰ ਸਾਰੀ ਕੌਮ ਖਾਲਿਸਤਾਨ ਦੇ ਰਾਹ ਤੋਰ, ਇੰਦਰਾ ਗਾਂਧੀ ਨੇ ਖਾਲਿਸਤਾਨ ਦੇ ਦੀ ਨੀਂਹ ਰੱਖੀ, ਜਿਹੜੀ ਸੰਤ ਜਰਨੈਲ ਸਿੰਘ ਜੀ ਕਹਿੰਦੇ ਹੁੰਦੇ ਸੀ। ਸੋ ਜਿਹੜੇ ਇਹ ਸਾਡੇ ਸਿੱਖਾਂ ਦੇ ਵਿੱਚੋਂ ਜਨਮ ਲੈ ਕੇ ਇਸ ਮੌਕੇ ਸੁੱਖੀ ਚਾਹਲ ਵਗੈਰਾ ਬਣ ਕੇ ਸਾਡੇ ਧਰਮ ਦਾ ਬ੍ਰਾਹਮਣਵਾਦੀ ਕਰਨ ਲਈ, ਸਨਾਤਨੀ ਵਾਲੇ ਪਾਸੇ ਨੂੰ ਤੋਰਨ ਲਈ, ਹੁਣ ਕਈ ਜਿਹੜੇ ਭੈਣ ਭਰਾ ਉਹ ਕਹਿੰਦੇ ਆ ਜੀ ਇਹ ਜ਼ਿਆਦਾ ਗੱਲ ਵਧਾ ਲੈਂਦੇ ਆ। ਇੱਥੇ ਇੱਕ ਨਿਹੰਗ ਸਿੰਘ ਆ, ਉਹਦੀ ਫੋਟੋ ਆਵੇ ਉੱਥੇ ਲਿਖਿਆ ਮੈਂ ਸਨਾਤਨੀ ਸਿੱਖ ਹਾਂ, ਮੈਂ ਐ ਆ, ਮੈਂ ਬਹੁ ਹਾਂ, ਯਾਨੀ ਕਿ ਉਹ ਜਿਹਨੂੰ ਤੁਸੀਂ ਕੇਸਾਧਾਰੀ ਹਿੰਦੂ ਕਹਿ ਸਕਦੇ ਹੋ ਉਹ ਆ। ਉਹਨੇ ਰੌਲਾ ਪਾਇਆ ਹੋਇਆ, ਕਹਿੰਦਾ ਮੈਨੂੰ ਲੰਗਰ ਲਾਉਣ ਦਾ ਦੀ ਆਗਿਆ ਦਿੱਤੀ ਜਾਵੇ, ਮੈਂ ਕਹਿੰਦਾ ਜਦੋਂ ਰਾਮ ਮੰਦਿਰ ਬਣਨਾ, ਬਾਬਰੀ ਮਸਜਿਦ ਢਾਈ ਆ ਜਿੱਥੇ, ਉੱਥੇ ਜਾ ਕੇ ਲੰਗਰ ਲਾਉਣਾ ਅਯੋਧਿਆ ਚ। ਵੱਡੇ ਵੱਡੇ ਅੱਖਾਂ ਚ ਲਿਖੀ ਕਰਦਾ ਮੈਂ ਸਨਾਤਨੀ ਸਿੱਖ ਹਾਂ। ਹੁਣ ਅੱਗੇ ਹੁੰਦੇ ਸੀ ਕੇਸਾਧਾਰੀ ਹਿੰਦੂ, ਸਹਿਜਧਾਰੀ ਸਿੱਖ, ਹੁਣ ਸਨਾਤਨੀ ਸਿੱਖ ਆ ਰਹੇ। ਅਸਲ ਵਿੱਚ ਪਿਛਲੇ ਦੌਰ ਵਿੱਚ ਸੁਪਰੀਮ ਕੋਰਟ ਦੇ ਪੰਗੇ ਨੇ, ਬਹੁਤਿਆਂ ਨੂੰ ਚੇਤਾ ਨਹੀਂ ਸਾਡੇ ਬੰਦਿਆਂ ਨੂੰ, ਕਿ ਭਾਰਤ ਦੀ ਜਿਹੜੀ ਸੁਪਰੀਮ ਕੋਰਟ ਆ ਉੱਥੇ ਫੈਸਲਾ ਹੋ ਚੁੱਕਿਆ ਵੀ ਹਿੰਦੂ ਕੋਈ ਧਰਮ ਨਹੀਂ ਹੈਗਾ। ਇੱਕ ਪਾਸੇ ਸਿੱਖ ਧਰਮ ਆ, ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਵਿੰਗ ਗੁਰੂ ਦਾ ਸਟੇਟਸ ਰੁਤਬਾ ਦਰਜਾ ਮਿਲਿਆ, ਉਸੇ ਅਦਾਲਤ ਨੇ ਹਿੰਦੂ ਧਰਮ ਭਰਿਆ ਦੇਤਾ ਵੀ ਕੋਈ ਹੈ ਹੀ ਨਹੀਂ। ਰਾਮ ਚੰਦਰ ਤੇ ਕ੍ਰਿਸ਼ਨ ਬਾਰੇ, ਇਹਨਾਂ ਬਾਰੇ ਵੀ ਨੈਗੇਟਿਵ ਵਿਚਾਰਾਂ ਚੁੱਕਿਆ ਵੀ ਰਮਾਇਣ ਤੇ ਮਹਾਭਾਰਤ ਦੇ ਕਿਰਦਾਰ ਨੇ ਰਾਜੇ। ਉਹ ਜਿਹੜਾ ਉਹਨਾਂ ਦੇ ਕਾਨੂੰਨ, ਉਹਨਾਂ ਦੇ ਧਰਮ, ਉਹਨਾਂ ਦੀਆਂ ਸੰਸਥਾਵਾਂ, ਉਹਨਾਂ ਨੇ ਹੁਣ ਇਹਨਾਂ ਚੋਂ ਬਚਣ ਦਾ ਰਾਹ ਲੱਭ ਲਿਆ ਵੀ ਆਪਾਂ ਹੁਣ ਨਵਾਂ ਸੱਪ ਕੱਢੋ, ਸਨਾਤਨੀ ਸਨਾਤਨੀ। ਸੋ ਸਨਾਤਨ ਅਤੇ ਸਨਾਤਨੀ ਦੇ ਚੱਕਰ 'ਚ ਉਹਨਾਂ ਨੇ ਸਨਾਤਨੀ ਸਿੱਖ ਪੈਦਾ ਕਰ ਲਏ। ਇਸ ਸਾਰੇ ਕਾਸੇ ਦੇ ਹਮਲੇ ਦੇ ਉੱਤੇ ਸਾਡੇ ਬੰਦਿਆਂ ਨੂੰ ਜਿਸ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਸੀ ਉਵੇਂ ਤਾਂ ਕੀ ਕਰਨਾ? ਉੱਪਰੋਂ ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਲੁੰਗ ਲਾਣੇ ਨੇ ਸਿੱਖੀ ਦਾ ਹਿੰਦੂਕਰਨ ਕਰਨ ਦੀਆਂ ਖੁੱਲਾਂ ਦੇ ਕੇ, ਜਿੱਥੇ ਅਕਾਲੀ ਦਲ ਦਾ ਭੋਗ ਪਾਉਣ ਦਾ ਉਪਰਾਲਾ ਕੀਤਾ, ਕੱਲ ਜਿਹੜੀ ਆਪਾਂ ਚਰਚਾ ਕੀਤੀ, ਅੱਜ ਸਾਰਾ ਦਿਨ ਉਹਦੇ ਬਾਰੇ ਹੀ ਮੀਡੀਆ 'ਚ ਚਰਚਾ ਹੋਈ ਆ।
ਤੇ ਰਾਤ ਕਿਤੇ ਵਿਰਸਾ ਸੋ ਬਟੋਹੇ ਨੂੰ ਸੱਦ ਬੈਠੇ ਚੈਨਲਾਂ ਵਾਲੇ, ਉਹ ਦਬਕੇ ਮਾਰ ਮਾਰ ਕੇ ਵੀ ਮਤਲਬ ਜਿਵੇਂ ਕਹੀਦਾ ਨਾ ਵੀ ਕਿਵੇਂ ਨੀ ਮਾਫੀ ਦੇਣੀ ਤੁਸੀਂ, ਤੁਹਾਡੀ ਐਸੀ ਤੈਸੀ। ਆਹ ਤਾਂ ਹਾਲ ਆ ਜੀ, ਮਾਫੀ ਵੀ ਧੱਕੇ ਨਾਲ ਲੈਣ ਨੂੰ ਫਿਰਦੇ ਹੈਗੇ। ਤੇ ਸਾਡੇ ਭਾਈਚਾਰੇ ਦੇ ਬਹੁਤੇ ਲੋਕਾਂ ਨੂੰ ਇਹਨਾਂ ਨੁਕਤਿਆਂ ਦਾ, ਇਹਨਾਂ ਗੱਲਾਂ ਦਾ ਕੋਈ ਚਿੱਤ ਚੇਤਾ ਨਹੀਂ ਕਿ ਅਸਲ ਵਿੱਚ ਇਹ ਗੁਨਾਹ ਕੀ ਹੈ। ਅੱਜ ਰਾਤ ਜਿਹੜੀ ਚਰਚਾ ਚ ਵਿਰਸਾ ਸੋ ਬਲਟੋਹਾ ਕਲਪਦਾ ਸੀਗਾ ਵੀ ਹੋਰ ਮਾਫੀ ਕਿਵੇਂ ਮੰਗਣੀ ਆ, ਹੋਰ ਉਹਨੂੰ ਫਾਹੇ ਲਾਉਣਾ, ਇਹ ਆ ਉਹ ਆ, ਉੱਥੇ ਸਵਾਲ ਇਹ ਐਂਕਰ ਨੇ ਖੜਾ ਕੀਤਾ ਸੀ ਵੀ ਇਹ ਪਾਪ ਆ ਕਿ ਗੁਨਾਹ ਆ। ਇਸ ਚੱਕਰ ਦੇ ਵਿੱਚ ਸਾਡੇ ਕਿੰਨੇ ਕੁ ਲੋਕਾਂ ਨੂੰ ਚੇਤਾ ਹੈ, ਕੱਲ ਨੂੰ ਆਪਾਂ ਇਹਦੇ ਉੱਤੇ ਜਾਂ ਅਗਲੇ ਪ੍ਰੋਗਰਾਮ ਚ ਚਰਚਾ ਕਰਨੀ ਚਾਹਾਂਗੇ ਬਈ ਅਸਲ ਮਸਲਾ ਹੈ ਕੀ ਆ, ਕਿਵੇਂ ਡੇਰਾ ਸਰਸਾ ਨਾਲ ਬਾਦਲ ਦਲ ਦਾ ਮੋਹ ਮੁਹੱਬਤ ਬਣਿਆ, ਕਿਵੇਂ 2007 ਵਾਲਾ ਜਦੋਂ ਸਲਾਬਤਪੁਰੇ ਦੇ ਵਿੱਚ ਡੇਰਾ ਸਰਸਾ ਦੇ ਮੁਖੀ ਨੇ ਕਲਗੀਧਰ ਪਾਤਸ਼ਾਹ ਵਰਗਾ ਬਾਣਾ ਪਹਿਨ ਕੇ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਇਆ, ਇਹ ਜਿੰਨੇ ਸਾਡੇ ਭੈਣ ਭਰਾ ਸੁਣਦੇ ਆ ਉਹ ਆਪਦੇ ਦਿਲ ਦਿਮਾਗ ਵਿੱਚ ਆਪਦੇ ਗੂਗਲ ਤੇ ਸਰਚ ਸੁਰਚ ਮਾਰ ਕੇ ਸਾਨੂੰ ਵੀ ਦੱਸਿਓ, ਮੈਂ ਤਾਂ ਚਲੋ ਅਗਲੇ ਪ੍ਰੋਗਰਾਮ ਚ ਗੱਲ ਕਰੂੰਗਾ ਜੀ ਵੀ ਉਸ ਕੇਸ ਦਾ ਬਣਿਆ ਕੀ ਸੀ। ਸਲਾਵਤਪੁਰੇ ਡੇਰੇ ਵਿੱਚ ਸਿੱਖ ਜਜ਼ਬਾਤਾਂ ਨੂੰ ਜਦੋਂ ਲਾਂਬੂ ਲਾਏ ਗਏ ਉਸ ਮੁਕੱਦਮੇ ਦਾ ਐਂਡ ਕੀ ਹੋਇਆ ਸੀ ਆਪਾਂ ਨੂੰ ਪਤਾ, ਕਿਸੇ ਨੂੰ ਚੇਤੇ? ਉਹ ਬਾਦਲ ਪਰਿਵਾਰ ਨੇ ਕਿਵੇਂ 2009 ਦੇ ਵਿੱਚ ਵੋਟਾਂ ਲੋਕ ਸਭਾ ਦੀਆਂ ਜਿੱਤਣ ਲਈ, ਉਦੋਂ ਬਠਿੰਡਿਓਂ ਜਿੱਤੀ ਸੀ ਹਰਸਿਮਰਤ ਤੇ ਫਿਰੋਜ਼ਪੁਰ ਵਾਲੀ ਸੀਟ ਨਾਲ ਦੀ ਤੋਂ ਸੁਖਵੀਰ ਜਿੱਤਿਆ ਸੀ। ਇਹਨਾਂ ਦੋਨਾਂ ਸੀਟਾਂ ਦੇ ਉੱਤੇ ਬਾਦਲ ਪਰਿਵਾਰ ਨੂੰ ਵੋਟਾਂ ਪਵਾ ਕੇ 2009 ਦੇ ਵਿੱਚ, ਫਿਰ ਸਾਰੇ ਮਾਲਵੇ ਦੀਆਂ 2012 ਦੇ ਵਿੱਚ ਵੋਟਾਂ ਪਵਾ ਕੇ ਸਲਾਵਤਪੁਰੇ ਡੇਰੇ ਵਾਲਾ ਕੰਮ ਕਰ ਲਿਆ ਸੀ, ਸਲਾਵਤਪੁਰੇ ਡੇਰੇ ਵਾਲਾ ਮੁਕੱਦਮਾ ਖਾਰਜ ਕਰ ਦੇ। ਬਹੁਤੀ ਗੱਲ ਤਾਂ ਚਲੋ ਅੱਜ ਟਾਈਮ ਘੱਟ ਆ, ਅਗਲੇ ਪ੍ਰੋਗਰਾਮ ਚ ਕਰਾਂਗੇ, ਪਰ ਇੰਨਾ ਕੁ ਚੇਤੇ ਰੱਖ ਲਓ ਵੀ 30 ਜਨਵਰੀ ਨੂੰ ਵੋਟਾਂ ਪਈਆਂ ਸੀ, 30 ਜਨਵਰੀ 2012 ਨੂੰ। ਉਦੋਂ 5 ਦਿਨ ਪਹਿਲਾਂ, ਸਿਰਫ ਵੋਟਾਂ ਤੋਂ 5 ਦਿਨ ਪਹਿਲਾਂ ਬਠਿੰਡੇ ਥਾਣੇਦਾਰ ਅਦਾਲਤ ਚ ਗਿਆ 25 ਜਨਵਰੀ 2012 ਨੂੰ, ਤੇ ਉੱਥੇ ਜਾ ਕੇ ਵਰਕਰ ਟਕਾਤਾ ਅਰਜੀ ਟਕਾਤੀ ਵੀ ਜੀ ਅਸੀਂ ਤਾਂ ਇਹ ਮੁਕੱਦਮਾ ਹੀ ਕੈਂਸਲ ਕਰਨਾ ਚਾਹੁੰਦੇ ਹਾਂ। ਮੁਕੱਦਮਾ ਕੈਂਸਲ ਕਰਨਾ, ਉਹ ਪੜ੍ਹੋ ਉੱਥੇ ਲਿਖਿਆ ਇਹ ਹੋਇਆ ਵੀ ਜੀ 13 ਜਿਹੜੀ ਮਈ ਆ ਜਿੱਦਣ ਦਾ ਇਹ ਵਾਕਿਆ ਦੱਸਿਆ ਜਾ ਰਿਹਾ ਵੀ ਉੱਥੇ ਸਲਾਵਤਪੁਰੇ ਆਹ ਕੁਛ ਕੀਤਾ, ਉਦਣ ਤਾਂ ਕਹਿੰਦੇ ਡੇਰਾ ਸਰਸਾ ਦੇ ਵਿੱਚ, ਡੇਰਾ ਸਲਾਵਤਪੁਰਾ ਦੇ ਵਿੱਚ ਸਰਸਾ ਮੁਖੀ ਆਇਆ ਹੀ ਨੀ, ਉੱਥੇ ਕੋਈ ਪ੍ਰੋਗਰਾਮ ਹੋਇਆ ਹੀ ਨੀ। ਜਦੋਂ ਪ੍ਰੋਗਰਾਮ ਨਹੀਂ ਹੋਇਆ ਤਾਂ ਪੋਸ਼ਾਕ ਕਿਹੜੇ ਕੰਜਰ ਨੇ ਪਾ ਲਈ, ਤੇ ਉੱਥੇ ਫਿਰ ਜਾਵੇਂ ਇਨਸਾ ਕਿਹਨੂੰ ਪੜਾ ਤਾ। ਇਹ ਸਾਰਾ ਹੀ ਮੁਕੱਦਮਾ ਝੂਠਾ ਆ, ਇਸ ਕਰਕੇ ਇਹਨੂੰ ਰੱਦ ਕੀਤਾ ਜਾਵੇ। ਉਹ ਉੱਥੇ ਜਿਹੜਾ ਲੋਕਲ ਅਦਾਲਤ ਦਾ ਵਕੀਲ ਸੀ ਉਹਨੇ ਤਾਂ ਨਾ ਹੀ ਕਰਤੀ ਵੀ ਮੈਂ ਨੀ ਇਹ ਤੁਹਾਡੀ ਮੰਨਦਾ, ਪਰ 2014 ਚ ਆ ਕੇ ਉੱਪਰਲੀ ਅਦਾਲਤ ਸੈਸ਼ਨ ਜੱਜ ਨੇ ਉਹ ਕੈਂਸਲ ਕਰਤਾ ਮੁਕੱਦਮਾ। ਸੋ ਸਿੱਖ ਜਜ਼ਬਾਤਾਂ ਦੀ ਹੇਠੀ ਕਰਨ ਵਾਲਾ, ਸਿੱਖ ਕੌਮ ਨੂੰ ਲਾਂਬੂ ਲਾਉਣ ਵਾਲਾ, ਸਲਾਵਤਪੁਰੇ ਕਾਂਡ ਵਾਲਾ ਸਾਰਾ ਮੁਕੱਦਮਾ ਬਾਦਲ ਪਰਿਵਾਰ ਦੀਆਂ ਵੋਟਾਂ ਦੀ ਬਲੀ ਚੜ ਗਿਆ। ਅਗਲਾ ਨੇ 2009 ਚ ਲੋਕ ਸਭਾ ਦੀਆਂ, 2012 ਦੇ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਬਟੋਰੀਆਂ ਤੇ ਪੰਥ ਨੂੰ ਖੇਡਾ ਦਿਖਾ ਕੇ ਆਓ ਗਏ ਕਿ ਕਿਵੇਂ। ਫਿਰ ਫਿਲਮ ਜਦੋਂ ਰਿਲੀਜ਼ ਹੋਣੀ ਸੀ ਮੈਸੰਜਰ ਆਫ ਗੋਡ, ਉਦੋਂ ਫਿਰ ਡੇਰਾ ਸਰਸਾ ਦੇ ਮੁਖੀ ਨੂੰ ਕਿਵੇਂ ਅਕਾਲ ਤਖ਼ਤ ਤੋਂ ਮਾਫ ਕਰਵਾਇਆ। ਇੱਧਰ 24 ਸਤੰਬਰ 2015 ਨੂੰ ਸ਼ਾਮ ਨੂੰ ਮੈਨੂੰ ਚੰਗੀ ਤਰ੍ਹਾਂ ਚੇਤਾ, ਉਦਣ ਭਾਈ ਚਰਨਜੀਤ ਸਿੰਘ ਚੰਨਾ ਝੱਲੀਆਂ ਵਾਲਾ ਜਿਹੜਾ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਨਾਲ ਸ਼ਹੀਦ ਹੋਇਆ, ਉਹਦਾ ਉਦਣ ਸ਼ਹੀਦੀ ਦਿਹਾੜਾ ਸੀ, ਉਹਦੇ ਪ੍ਰੋਗਰਾਮ ਸੀ, ਉੱਥੇ ਬੰਦੇ ਗਏ ਸੀ। ਮੈਂ ਉੱਥੇ ਫੋਨ ਕਰਕੇ ਦੱਸਿਆ ਸੀ ਵੀ ਡੇਰਾ ਸਰਸਾ ਦੇ ਮੁਖੀ ਨੂੰ ਮਾਫ ਕਰਤਾ। ਉਸੇ ਰਾਤ ਨੂੰ ਬਰਗਾੜੀ ਅਤੇ ਬੁਰਜ ਜਵਾਹਰ ਕੇ ਪਿੰਡ ਚ ਗੰਦੀਆਂ ਗਾਲਾਂ ਕੱਢ ਕੇ ਸਿੱਖਾਂ ਨੂੰ ਪੋਸਟਰ ਲਾਇਆ ਸੀ ਵੀ ਤੁਹਾਡਾ ਗੁਰੂ ਅਸੀਂ ਚੋਰੀ ਕੀਤਾ ਹੋਇਆ 1 ਜੂਨ ਦਾ ਬੁਰਜ ਜਵਾਹਰ ਕੇ ਤੋਂ, ਜੇ ਜੁਰਤ ਵਾ ਤਾਂ ਲੈ। ਉਹਦੇ ਫਿਰ ਅੰਗ ਖਾਰੇ 12 ਅਕਤੂਬਰ ਨੂੰ, 12 ਅਕਤੂਬਰ ਉਹ ਤਰੀਕ ਸੀ ਜਿੱਦਣ ਸਰਬੱਤ ਖਾਲਸਾ ਦੇ ਲਈ, ਉਹਦੀ ਤਿਆਰੀ ਲਈ, ਜਿਹੜਾ 10 ਨਵੰਬਰ ਨੂੰ ਸਰਬੱਤ ਖਾਲਸਾ ਹੋਣਾ ਸੀ ਉਹਦੀ ਤਿਆਰੀ ਲਈ ਲੁਧਿਆਣੇ ਸਿੱਖ ਜਥੇਬੰਦੀਆਂ ਦੀ ਮੀਟਿੰਗ ਸੱਦੀ ਹੋਈ ਸੀ। ਉੱਥੇ ਮੀਟਿੰਗ ਵਿੱਚ ਸਿੱਖ ਨੌਜਵਾਨ ਜਥੇਬੰਦੀਆਂ ਜਾਂ ਹੋਰ ਪੰਥਕ ਧਿਰਾਂ ਜਾਣ ਲਈ ਘਰਾਂ ਚੋਂ ਨਿਕਲੀਆਂ ਸੀ ਜਦ ਨੂੰ ਖਬਰ ਆ ਗਈ ਸੀ ਵੀ ਬਰਗਾੜੀ ਪਿੰਡ ਦੇ ਵਿੱਚ ਉੱਥੇ ਅੱਜ ਪਾਵਨ ਸਰੂਪ ਦੇ ਅੰਗ ਖਿਲਾਰੇ।
24 ਸਤੰਬਰ ਦੀ ਰਾਤ ਨੂੰ ਜਦੋਂ ਕਿ 24 ਸਤੰਬਰ ਨੂੰ ਸ਼ਾਮ ਨੂੰ ਜਥੇਦਾਰ ਗੁਰਬਚਨ ਸਿੰਘ ਨੇ ਡੇਰਾ ਸਰਸਾ ਨੂੰ ਮਾਫੀ ਦਿੱਤੀ, ਉਦੋਂ ਰਾਤ ਨੂੰ ਵਰਕੇ ਲਾਏ ਸੀ ਉਹਨਾਂ ਨੇ ਉਸੇ ਰਾਤ ਨੂੰ, ਤੇ 12 ਅਕਤੂਬਰ ਨੂੰ ਜਦੋਂ ਪੰਥ ਨੇ ਇਕੱਠਾ ਹੋਣਾ ਸੀ ਵੀ ਆਪਾਂ ਸਰਬੱਤ ਖਾਲਸਾ ਦੇ ਇੰਤਜ਼ਾਮ ਕਰਨੇ ਆ, ਕਿਹਨੂੰ ਕੀ ਡਿਊਟੀ ਦੇਣੀ ਹੈ, ਉਦਣ ਅਗਲਿਆਂ ਨੇ ਉੱਥੇ ਇਹ ਸਾਰਾ ਕੁਛ ਉਹਨਾਂ ਦੀ ਕਰਨ ਦੀ ਹਿੰਮਤ ਕਿੱਥੋਂ ਆਈ? ਜਿਨ੍ਹਾਂ ਨੇ ਉਹਨਾਂ ਨੂੰ ਸਲਾਵਤਪੁਰਾ ਕਾਂਡ ਚੋਂ ਮਾਫ ਕਰਾਇਆ ਉਹਨਾਂ ਦੀ ਗਰੰਟੀ ਸੀ ਵੀ ਜੋ ਮਰਜ਼ੀ ਕਰ ਲਓ ਅਸੀਂ ਬੈਠੇ ਹਾਂ, ਤੇ ਉਹੀ ਹੋਇਆ ਤੇ ਹੁਣ ਉਹ ਮਾਫੀਆਂ ਮੰਗਦੇ ਫਿਰਦੇ ਆ, ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਇੱਡੀ ਗਲਤ ਗੱਲ ਹੋ ਗਈ। ਤੇ ਜਿਹੜੇ ਸਿੱਖਾਂ ਨੂੰ ਅੱਜ ਕਈਆਂ ਨੂੰ ਦੇਖਿਆ ਇੱਥੇ ਸੋਸ਼ਲ ਮੀਡੀਆ ਉੱਤੇ ਵੀ ਚਲੋ ਜੀ ਬਹੁਤ ਹੋ ਗਈ ਹੁਣ ਮਾਫ ਕਰ ਦਿਓ, ਭਾਈ ਇੱਕ ਹੁੰਦਾ ਸਧਾਰਨ ਤੌਰ ਦੇ ਉੱਤੇ ਮੇਰੇ ਵਰਗੇ ਕਿਸੇ ਆਮ ਸਿੱਖ ਤੋਂ ਕੋਈ ਧਾਰਮਿਕ ਤੌਰ ਤੇ ਅਵੱਗਿਆ ਕੋਈ ਹੋ ਗਈ ਉਹ ਗੱਲ ਹੋਰ ਆ, ਪਰ ਇੱਕ ਬਹੁਤ ਵੱਡਾ ਪੂਰੀ ਕੌਮ ਦੀ ਹੇਠੀ ਕਰਨ ਵਾਲਾ ਕੰਮ ਕਰੀਏ, ਕਰਤੂਤ ਕਰੀਏ ਤੇ ਮੁੜ ਕੇ ਪੋਲਾ ਜਾਂ ਮੂੰਹ ਬਣਾ ਕੇ ਕਹਿ ਦਈਏ ਵੀ ਜੇ ਕਿਸੇ ਦਾ ਹਿਰਦਾ ਦੁਖਿਆ, ਮੈਂ ਬੜਾ, ਮੇਰਾ ਪਿਓ ਬੜਾ ਦੁਖੀ, ਇਹ ਕੋਈ ਗੱਲਾਂ ਨੀ। ਸਿੱਖ ਜਗਤ ਬਹੁਤ ਕਸੂਤੇ ਮੋੜ ਤੇ ਆ, ਐਵੇਂ ਭਕਾਈ ਜੀ ਮਾਰ ਕੇ ਆਪਦੇ ਆਪ ਨੂੰ ਸਦਾ ਲਈ ਇਤਿਹਾਸ ਵਿੱਚ ਕਲੰਕਿਤ ਨਾ ਕਰੀਏ। ਸਰਦਾਰ ਕਪੂਰ ਸਿੰਘ ਦੇ ਬੋਲ ਚੇਤੇ ਰੱਖੀਏ ਵੀ ਜੇ ਸਾਰੇ ਦੇ ਸਾਰੇ ਸਿੱਖ ਲੜਦੇ ਮਰਦੇ ਮਰ ਜਾਣ ਤੇ ਦੁਨੀਆਂ ਨੂੰ ਇੰਨਾ ਕਹਿਣ ਜੋਗਾ ਕਰ ਜਾਣ ਵੀ ਇੱਕ ਕੌਮ ਹੋਈ ਆ, ਰਹੀ ਤਾਂ 500 ਸਾਲ ਹੀ ਆ, ਪਰ ਇੱਕ ਵੀ ਬੰਦੇ ਨੇ ਅਸੂਲ ਨਾਲ ਸਮਝੌਤਾ ਨਹੀਂ ਕੀਤਾ, ਤਾਂ ਵੀ ਕਹਿੰਦੇ ਸੌਦਾ ਮਾੜਾ ਨਹੀਂ, ਪਰ ਆਪਦੇ ਸੰਵਿਧਾਨ ਤੋਂ ਆਪਦੇ ਕਰਤਾਰ ਤੋਂ ਡਿੱਗ ਕੇ ਹਜ਼ਾਰਾਂ ਸਦੀਆਂ ਜਾਣ ਨਾਲ ਸਿੱਖ ਦਾ ਕੁਛ ਨਹੀਂ ਬਣਦਾ। ਸੋ ਆਪਦੇ ਇਤਿਹਾਸ ਅਤੇ ਆਪਦੇ ਫਲਸਫੇ ਨੂੰ ਇੱਥੇ ਬਾਦਲ ਪਰਿਵਾਰ ਵਗੈਰ ਮੱਸਿਆ ਨਹੀਂ ਲੱਗਣੋਂ ਹਟ ਜਾਣੀ, ਇੱਥੇ ਇਹੀ ਕੰਮ ਗੁਰੂ ਪਾਤਸ਼ਾਹ ਵੇਲੇ ਤੋਂ ਬਾਅਦ ਦਾ ਸਾਰਾ ਇਤਿਹਾਸ, ਇੱਥੇ 3600 ਇਹੋ ਜਿਹੇ ਆਏ ਗੁਰੂ ਸਾਹਿਬਾਨ ਦੇ ਆਪਦੇ ਪੁੱਤਰਾਂ ਨੇ ਜਦੋਂ ਕੌਲ ਨਹੀਂ ਪਾਲਿਆ ਉਹਨਾਂ ਨੂੰ ਵੀ ਖੁਆਰ ਹੋਣਾ ਪਿਆ, ਇਹ ਜੇ ਪਰਿਵਾਰ ਇੱਥੋਂ ਫਾਰਗ ਹੋ ਜੂ ਤਾਂ ਕੋਈ ਇੱਥੇ ਕੁਛ ਨਹੀਂ ਹੋਣ ਲੱਗਿਆ। ਸੋ ਆਓ ਅਗਲੇ ਪ੍ਰੋਗਰਾਮ ਦੇ ਵਿੱਚ ਜਦੋਂ ਮੌਕਾ ਮਿਲੂਗਾ ਫਿਰ ਗੱਲਬਾਤ ਕਰਾਂਗੇ, ਅੱਜ ਇੱਥੇ ਸਮਾਪਤੀ ਆ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।